ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ, ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਜਿਹਦੇ 'ਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ, ਖਾਸ ਤੌਰ 'ਤੇ ਜਿਹੜਾ ਅੱਜ ਸਭ ਤੋਂ ਹੌਟ ਮੁੱਦਾ ਕਹਿ ਸਕਦੇ ਹਾਂ, ਸਭ ਤੋਂ ਜਿਹੜਾ ਗਰਮ ਲੋਕਾਂ ਦੇ ਵਿਚਾਰ ਨੇ ਉਹ ਕਹਿ ਸਕਦੇ ਹਾਂ, ਜਾਂ ਫਿਰ ਇਉਂ ਕਹਿ ਲਈਏ ਵੀ ਜਿਸ ਚੀਜ਼ ਦਾ ਮੇਲਾ ਲੱਗਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹਦੀ ਜਾਣਕਾਰੀ ਦੇਵਾਂਗੇ। ਸਾਡੇ ਦਰਸ਼ਕ ਸਮਝ ਗਏ ਹੋਣਗੇ ਕਿ ਅਸੀਂ ਅੱਜ ਮੌਰਗੇਜ ਦੀ ਗੱਲ ਕਰਨੀ ਆ। ਓਮਨੀ ਮੌਰਗੇਜ ਵਿੱਚੋਂ ਸਾਡੇ ਜੁੜੇ ਨੇ ਹਰਮਨ ਸਿੰਘ ਜੀ ਨਿਊਯਾਰਕ ਤੋਂ, ਅਤੇ ਮੈਂ ਕੈਲੀਫੋਰਨੀਆ ਦੇ ਵਿੱਚੋਂ। ਉਹਨਾਂ ਕੋਲੋਂ ਤੁਸੀਂ ਇਸ ਦਿਨ ਜਾਣਕਾਰੀ ਲੈਂਦੇ ਹੋ ਅਤੇ ਅੱਜ ਜਾਣਕਾਰੀ ਜਿਹੜੀ ਆ ਉਹ ਮੇਰੀ ਡਿਊਟੀ ਲੱਗੀ ਆ। ਸੋ ਮੈਂ ਵੀ ਕੋਸ਼ਿਸ਼ ਕਰੂੰਗਾ ਜੀ ਤੁਹਾਨੂੰ ਵਧੀਆ ਵਧੀਆ ਜਾਣਕਾਰੀ ਜਿਹੜੀ ਉਹਨਾਂ ਕੋਲੋਂ ਦਵਾਈਏ। ਸਭ ਤੋਂ ਪਹਿਲਾਂ ਸਵਾਗਤ ਕਰਦੇ ਜੀ ਹਰਮਨ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਜੀ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਜੀ, ਅਸੀਂ ਚਲੋ ਤੁਸੀਂ ਰਿਐਲਟੀ ਦਾ ਵੀ ਕੰਮ ਕਰਦੇ ਹੋ ਨਾਲ, ਘਰ ਜਿਹੜੇ ਵੇਚਣ ਖਰੀਦਣ ਦਾ ਵੀ ਕਰਦੇ ਹੋ ਨਾਲ, ਮੌਰਗੇਜ ਦਾ ਬੜੇ ਲੰਬੇ ਸਮੇਂ ਤੋਂ ਕਰ ਰਹੇ ਹੋ, ਲੋਕਾਂ ਨੂੰ ਲੋਨ ਦਿਵਾਉਣ ਦਾ, ਜਾਣੀ ਉਹ ਕਹਿ ਸਕਦੇ ਹਾਂ ਬੜੇ ਲੰਬੇ ਸਮੇਂ ਤੋਂ ਤੁਸੀਂ। ਇੱਕ ਸਭ ਤੋਂ ਵੱਡਾ ਸੁਪਨਾ ਬੰਦੇ ਦਾ ਹੁੰਦਾ ਜੀ ਕਿ ਆਪਣਾ ਘਰ ਹੋਵੇ, ਅਤੇ ਸੁਪਨਿਆਂ ਦੇ ਘਰ ਨੂੰ ਸੁਪਨਿਆਂ ਦੇ ਸੁਪਨੇ ਨੂੰ ਸੱਚ ਕਰਨ ਵਾਸਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਹੈਗੇ ਹੋ। ਅੱਛਾ, ਪਹਿਲਾਂ ਅਸੀਂ ਹਾਂਜੀ ਪਹਿਲਾਂ ਮੈਂ ਕਿਹਾ ਜੀ ਗੱਲ ਕਰ ਲੈਂਦੇ ਹਾਂ। ਮੈਂ ਕੱਲ੍ਹ ਗਿਆ ਸੀਗਾ ਜੀ ਇੱਧਰ ਹੀ ਫਰੈਜ਼ਨੋ ਸਾਈਡ ਸਾਡੇ ਕੈਲੀਫੋਰਨੀਆ ਦੀ, ਤੁਹਾਨੂੰ ਮੈਂ ਦੱਸਦਾ ਗੱਲ, ਹੋ ਸਕਦਾ ਤੁਹਾਡੇ ਵੀ ਸੇਮ ਹੀ ਹੋਵੇ। ਕਿਸੇ ਨੇ ਐਡ ਦੇਣੀ ਸੀਗੀ ਇਹ ਰੀਅਲਟੀ ਦੀ ਵੀ ਘਰ ਖਰੀਦਣ ਵੇਚਣ ਵਾਸਤੇ ਜਿਵੇਂ ਆਪਾਂ ਦਿੰਦੇ ਹਾਂ, ਅਤੇ ਉਹ ਕਹਿੰਦੇ ਜੀ ਸਾਨੂੰ ਐਡ ਜਿਹੜੀ ਦੇਣੀ ਤੁਸੀਂ ਸਿਰਫ ਵੇਚਣ ਵਾਸਤੇ ਦੇਣੀ ਹੈ, ਵੀ ਤੁਸੀਂ ਘਰ ਵੇਚਣ ਵਾਸਤੇ ਸੰਪਰਕ ਕਰੋ, ਖਰੀਦਣ ਵਾਲੇ ਸਾਡੇ ਕੋਲ ਬਹੁਤ ਨੇ। ਅਤੇ ਸੋ ਇਸ ਤਰ੍ਹਾਂ ਦਾ ਮਾਹੌਲ ਨਿਊਯਾਰਕ ਵਾਲੇ ਪਾਸੇ ਵੀ ਇਹੀ ਹੈ ਜੀ, ਵੀ ਖਰੀਦਣ ਵਾਲੇ ਬਹੁਤ ਨੇ ਅਤੇ ਵੇਚਣ ਵਾਲੇ ਘੱਟ ਨੇ। ਜੀ ਅਤੇ ਅਸੀਂ ਪਹਿਲਾਂ ਮੋਰਗੇਜ ਦੀ ਗੱਲ ਕਰਨੇ, ਲੋਨ ਲੈਣ ਦੀ ਗੱਲ ਕਰਨੇ। ਲੋਨ ਲੈਣ ਵਾਸਤੇ ਬਹੁਤ ਸਾਰੇ ਨਵੇਂ ਲੋਕ ਨੇ, ਬਹੁਤ ਸਾਰੇ ਰੀਫਾਈਨੈਂਸ ਕਰਾਉਣ ਵਾਲੇ ਜਿਹੜੇ ਹੈਗੇ ਨੇ, ਪਰ ਲੋਕਾਂ ਦੇ ਸਵਾਲ ਜਿਹੜੇ ਹੈਗੇ ਨੇ ਜੀ, ਇੱਕ ਤਾਂ ਪਿਛਲੇ ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਲੋਨ ਲਿਆ ਸੀਗਾ, PPP ਲੋਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਦੂਜਾ ਇਹ ਸੀਗਾ ਕਿ ਬਹੁਤ ਸਾਰੇ ਲੋਕਾਂ ਨੇ ਉਹ ਰੀਫਾਈਨੈਂਸ ਦੀ ਗੱਲ, ਚਲੋ ਬਾਅਦ 'ਚ ਕਰਦੇ, ਪਹਿਲਾਂ ਇਹ ਗੱਲ ਕਰ ਲੈਂਦੇ ਹਾਂ ਕਿ ਜਿਨ੍ਹਾਂ ਨੇ PPP ਲੋਨ ਲਿਆ ਹੋਇਆ ਅਤੇ ਉਹ ਲੋਨ ਘਰ 'ਤੇ ਲੈ ਸਕਦੇ ਕਿ ਨਹੀਂ ਲੈ ਸਕਦੇ। ਦੇਖੋ PPP ਲੋਨ ਸਾਡੇ ਕੋਲ ਮੰਡੇ ਨੂੰ ਇੱਕ ਕੇਸ ਆਇਆ ਸੀ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ$3,00,000 ਡਾਊਨ ਦਿਆਂਗੇ, ਅਤੇ ਜਦੋਂ ਅਸੀਂ ਗੱਲਾਂ ਕੀਤੀਆਂ ਤਾਂ ਅਸੀਂ ਬੈਠੇ ਗੱਲਬਾਤ ਕਰਦੇ ਕਰਦੇ ਉਹਨਾਂ ਨੇ ਕਿਹਾ ਸਾਨੂੰ ਜੀ $1,50,000 PPP ਤੋਂ ਆਇਆ ਅਤੇ ਅਸੀਂ ਉਹ ਡਾਊਨ ਪੇਮੈਂਟ ਅਸੀਂ ਯੂਜ਼ ਕਰ ਰਹੇ ਹਾਂ। ਅਤੇ ਉਹਦੀ ਪ੍ਰੋਬਲਮ ਮੈਂ ਵੇ ਕਿਉਂਕਿ ਇਹਦੇ ਕਰਕੇ ਕਿਹਾ ਵੀ ਬੜਾ ਵੱਡਾ ਨੇ ਕਿਉਂਕਿ ਕਾਫੀ ਲੋਕ ਡਾਊਨ ਪੇਮੈਂਟ ਜਿਹੜੇ ਦੇ ਰਹੇ ਨੇ ਆਪਣੀਆਂ PPP ਲੋਨ ਤੋਂ ਜਿਹੜੇ ਮਿਲੇ ਨੇ ਪੈਸੇ ਜੀ, ਉਹ ਐਕਸੈਪਟੇਬਲ ਨਹੀਂ ਹੈ ਬੈਂਕਾਂ ਨੂੰ। ਮਗਰ ਹੁੰਦਾ ਕੀ ਹੈ ਕਿ ਜਦੋਂ ਕਿਸੇ ਨੇ ਅਗਰ 4-5 ਮਹੀਨੇ ਪਹਿਲੇ ਪੈਸੇ ਆਏ ਨੇ ਤੇ ਅਸੀਂ 2 ਮਹੀਨੇ ਦੀ ਬੈਂਕ ਸਟੇਟਮੈਂਟ 'ਚ ਵੈਰੀਫਾਈ ਕਰਦੇ ਹਾਂ ਤੇ ਉਹਦੇ 'ਚ ਅਗਰ PPP ਲੋਨ ਨਹੀਂ ਹੈ ਤਾਂ ਲੋਨ ਅਗਰ ਨਹੀਂ ਹੈ ਤੇ ਬੈਂਕ ਨੂੰ ਪਤਾ ਨਹੀਂ ਲੱਗਦਾ ਕਿ ਲੋਨ ਹੈ। ਕਈ ਲੋਕਾਂ ਨੇ ਕਰ ਲਏ ਨੇ ਜੀ, ਮਗਰ ਹੁਣ ਜਿਵੇਂ ਅਸੀਂ ਕੇਸ ਕੀਤਾ ਕਿ 2 ਵੀਕ ਪਹਿਲੇ ਪੈਸੇ ਆਏ ਨੇ ਬੈਂਕ ਸਟੇਟਮੈਂਟ 'ਚ ਆਏ ਨੇ ਤੇ ਉਹਨਾਂ ਨੇ ਕੰਟਰੈਕਟ ਸਾਈਨ ਕਰਤਾ $1,50,000 ਅਸੀਂ ਉੱਥੋਂ ਲਿਆ, ਉਹ ਐਕਸੈਪਟੇਬਲ ਨਹੀਂ ਹੈ। ਤੇ ਇਸ ਕਰਕੇ ਥੋੜ੍ਹਾ ਧਿਆਨ ਨਾਲ ਵੀ ਆਪਣਾ ਵੀ ਤੁਸੀਂ ਅਗਰ ਕਿਉਂਕਿ ਉਹ ਤੁਹਾਡੇ ਆਏ ਨੇ ਬਿਜ਼ਨਸ ਕਰਕੇ ਪੈਸੇ ਦੇ, ਬਿਜ਼ਨਸ ਨੂੰ ਤੁਹਾਡਾ
ਕਿ ਚੱਲਦਾ ਰਹੇ ਠੀਕ ਚੱਲਦਾ ਰਹੇ ਜੀ ਉਹਦੇ ਨਾਲ ਡਾਊਨ ਪੇਮੈਂਟ ਟੂਵਰਡ ਯੂਜ਼ ਕਰੋ ਵਿਚ ਇਜ਼ ਨਾਟ ਐਕਸੈਪਟੇਬਲ ਇਹਦੇ ਨਾਲ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਵੇ ਕਿ ਤੁਸੀਂ ਗਲਤੀ ਨਾ ਕਰੋ ਪ੍ਰੋਗਰਾਮ ਬੜੇ ਹੈਗੇ ਨੇ ਕਿ ਤੁਹਾਡੇ ਕੋਲ ਅਗਰ $50,000 ਵੀ ਹੈ ਤੁਹਾਡੇ ਕੋਲ ਤੇ ਤਾਂ ਵੀ ਤੁਸੀਂ ਕਰ ਲੈ ਸਕਦੇ ਹੋ ਤੇ ਉਸ ਕਰਕੇ ਉਹਨੂੰ ਡੂ ਦਾ ਪ੍ਰੋਪਰ ਵੇ ਸਾਨੂੰ ਕਾਲ ਕਰੋ ਸਾਨੂੰ ਆ ਕੇ ਮਿਲੋ ਮੈਂ ਤੁਹਾਨੂੰ ਪੂਰਾ ਗਾਈਡ ਕਰ ਦਾਂਗੇ ਜੀ ਅੱਛਾ ਸਵਾਲ ਇਹ ਕੈਲੀਫੋਰਨੀਆ ਦਾ ਜੀ ਪਰ ਹੋ ਸਕਦਾ ਨਿਊਯਾਰਕ ਵੀ ਸੇਮ ਹੋਇਆ ਜੇ ਸੇਮ ਹੋਇਆ ਦੱਸਿਓ ਜੇ ਅਲੱਗ ਹੋਇਆ ਤਾਂ ਤਾਂ ਵੀ ਦੱਸ ਦਿਓ ਵੀ ਜਿਹੜੇ ਇੱਕ ਤਾਂ ਜਿਹੜੇ ਗ੍ਰੀਨ ਕਾਰਡ ਵਾਲੇ ਨੇ ਉਹ ਤਾਂ ਘਰ ਲੈ ਹੀ ਸਕਦੇ ਨੇ ਜਿਹੜੇ ਇਮੀਗ੍ਰਾਂਟ ਨਹੀਂ ਹੈ ਮਤਲਬ ਕਿ ਵਰਕ ਪਰਮਿਟ 'ਤੇ ਨੇ ਜਾਂ ਫਿਰ ਸਟੂਡੈਂਟ ਵੀਜ਼ੇ 'ਤੇ ਹੈਗੇ ਆ ਕੀ ਉਹ ਵੀ ਲੋਨ ਲੈ ਸਕਦੇ ਘਰਾਂ ਵਾਸਤੇ ਕਿ ਨਹੀਂ ਬਿਲਕੁਲ ਲੈ ਸਕਦੇ ਜੀ ਅਸੀਂ ਪਹਿਲੇ ਵੀ ਕਈ ਵਾਰ ਕੁਐਸਚਨ ਅਸੀਂ ਸਾਨੂੰ ਬੜੇ ਆਉਂਦੇ ਨੇ ਕੁਐਸਚਨ ਜੀ ਵੱਡੇ ਬੈਂਕ ਜਿਹੜੇ ਹੁੰਦੇ ਨੇ ਉਹ ਐਕਸੈਪਟ ਨਹੀਂ ਕਰਦੇ ਪੋਲੀਟੀਕਲ ਅਸਾਲਮ ਦੇ ਵਰਕ ਆਊਟ ਵਰਕ ਅਥਾਰਾਈਜੇਸ਼ਨ ਨੂੰ ਜੀ ਜਾਂ ਜਿਵੇਂ ਤੁਹਾਡੇ ਅੱਜ ਕੱਲ੍ਹ ਬੱਚਿਆਂ ਦਾ ਡਾਕਾ ਦਾ ਪ੍ਰੋਗਰਾਮ ਚੱਲਦਾ ਹੈ ਬੱਚੇ ਆਏ ਨੇ ਡ੍ਰੀਮਰ ਜਿਹੜੇ ਨੇ ਉਹ ਵੱਡੇ ਬੈਂਕ ਲੋਨ ਨਹੀਂ ਕਰਦੇ ਸਾਡੇ ਕੋਲ ਕਾਫੀ ਲੋਨ ਆਉਂਦੇ ਨੇ ਕਿ ਅਸੀਂ ਚੇਸ ਬੈਂਕ ਹੋਏ ਅਸੀਂ ਦੂਜੇ ਬੈਂਕਾਂ 'ਚ ਗਏ ਤੇ ਸਾਡੇ ਕੋਲ ਆਇਆ ਸੀਗਾ ਆਥੋਰਾਈਜੇਸ਼ਨ ਸੀ ਸਾਡੇ ਕੋਲ ਲੋਨ ਨਹੀਂ ਕੀਤਾ ਜੀ ਤੇ ਇਹ ਸਾਡਾ ਜਿਹੜਾ ਬ੍ਰੋਕਰ ਚੈਨਲ ਹੈ ਸਾਡੇ ਚੈਨਲ ਵਿੱਚ ਬਹੁਤ ਫਲੈਕਸੀਬਿਲਿਟੀ ਹੁੰਦੀ ਹੈ ਸਾਡੇ ਜਿਵੇਂ ਕਿ ਇਨਕਮ ਦੀ ਵੀ ਬਹੁਤ ਫਲੈਕਸੀਬਿਲਿਟੀ ਹੁੰਦੀ ਹੈ ਅਗਰ ਇਨਕਮ ਘੱਟ ਹੈ ਤੁਸੀਂ ਜੋ ਲੋਨ ਅਸੀਂ ਅਪਰੂਵ ਕਰਦੇ ਹਾਂ ਕਈ ਵਾਰ ਬੈਂਕ ਨਹੀਂ ਅਪਰੂਵ ਕਰਦੇ ਉਸ ਕਈ ਵਾਰ ਬੈਂਕ ਜਦੋਂ ਲੋਨ ਨਹੀਂ ਕਰਦੇ ਲੋਨ ਸਾਡੇ ਕੋਲ ਆਫਿਸ ਆਉਂਦਾ ਹੋਵੇ ਤੇ ਕਈ ਵਾਰ ਅਸੀਂ ਦੇਖਦੇ ਹਾਂ ਅਸੀਂ ਵੇਖਦੇ ਹਾਂ ਵੀ ਲੋਨ 'ਚ ਪ੍ਰੋਬਲਮ ਕੀ ਹੈ ਸਾਨੂੰ ਪ੍ਰੋਬਲਮ ਨਜ਼ਰ ਨਹੀਂ ਆਉਂਦੀ ਮਗਰ ਹੁੰਦਾ ਕੀ ਹੈ ਕਿ ਬੈਂਕ ਦੀਆਂ ਰਿਸਟ੍ਰਿਕਸ਼ਨ ਬਹੁਤ ਜ਼ਿਆਦਾ ਟਫ ਹੁੰਦੀਆਂ ਨੇ ਜੋ ਗਾਈਡਲਾਈਨ ਜਿਹੜੀਆਂ ਨੇ ਜੀ ਸਾਡੀਆਂ ਜਿਹੜੀਆਂ ਨੇ ਬਹੁਤ ਈਜ਼ੀ ਹੁੰਦੀਆਂ ਨੇ ਫਲੈਕਸੀਬਲ ਨੇ ਉਹ ਸਾਡਾ ਹੁੰਦਾ ਕਿ ਵੀ ਅਸੀਂ ਚਾਰੋਂ ਪਾਸੋਂ ਮਿਹਨਤ ਕਰਕੇ ਤੁਹਾਡਾ ਲੋਨ ਨੂੰ ਅਪਰੂਵ ਕਰਵਾ ਕੇ ਕਿ ਤੁਹਾਡਾ ਜੋ ਡ੍ਰੀਮ ਹੈ ਕਰ ਲੈਂਦਾ ਸੀ ਉਹਨੂੰ ਅਕੰਪਲਿਸ਼ ਕਰਾਈਏ ਤੇ ਅਗਰ ਤੁਹਾਡੇ ਕੋਲ ਵਰਕ ਪਰਮਿਟ ਹੈ ਡਾਕਾ ਦਾ ਹੈਗਾ ਵੇ ਕਿਸੇ ਵੀ ਤਰੀਕੇ ਦਾ ਵਰਕ ਪਰਮਿਟ ਹੈ ਅਸੀਂ ਉਹਦਾ ਲੋਨ ਕਰ ਸਕਦੇ ਹਾਂ ਸਾਨੂੰ ਕਾਲ ਕਰੋ ਅਗਰ ਐਵੇਂ ਕਿ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਉਹ ਪ੍ਰੋਬਲਮ ਹੈ ਸਾਡੇ ਕੋਲ ਕਈ ਕੇਸ ਆਉਂਦੇ ਨੇ ਕਿ ਵਰਕ ਪਰਮਿਟ ਐਕਸਪਾਇਰ ਹੋ ਗਿਆ ਰਿਨਿਊ ਨਹੀਂ ਹੋਇਆ ਉਹ ਪ੍ਰੋਬਲਮ ਹੈ ਉਹਦੇ 'ਚ ਉਸ ਕੇਸ ਲੋਨ ਨਹੀਂ ਹੋ ਸਕਦਾ ਤੁਹਾਡਾ ਵਰਕ ਜਿਹੜਾ ਪਰਮਿਟ ਹੈਗਾ ਵੇ ਉਹ ਵੈਲਿਡ ਹੋਣਾ ਚਾਹੀਦਾ ਵੇ ਤੁਹਾਡਾ ਜਦੋਂ ਵੀ ਸਾਡੇ ਕੋਲ ਲੋਨ ਅਪਲਾਈ ਕਰੋ ਅੱਛਾ ਜੀ ਅਤੇ ਇੱਕ ਹੋਰ ਸਵਾਲ ਆਉਂਦਾ ਕਿ ਕਈ ਲੋਕ ਜਿਹੜੇ ਇੱਕ ਦੋ ਵਾਰੀ ਡਿਨਾਈ ਹੋ ਗਿਆ ਲੋਨ ਅਤੇ ਉਹ ਮੁੜ ਕੇ ਦਿਲ ਛੱਡ ਜਾਂਦੇ ਨੇ ਅਤੇ ਤੁਹਾਡੇ ਕੋਲ ਜਿਹੜੇ ਕੇਸ ਆਉਂਦੇ ਨੇ ਜਾਂ ਤੁਸੀਂ ਜਿਹੜੇ ਕੇਸ ਕਰ ਸਕਦੇ ਹੋ ਜਿਨ੍ਹਾਂ ਨੂੰ ਡਿਨਾਈ ਹੋ ਚੁੱਕਾ ਦੋ ਤਿੰਨ ਵਾਰੀ ਮਨ੍ਹਾ ਹੋ ਗਿਆ ਬੈਂਕਾਂ ਤੋਂ ਲੋਨ ਕੀ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਉਹਨਾਂ ਦਾ ਕੋਈ ਹੀਲਾ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਹੁਣੇ ਇਹ ਗੱਲ ਦੱਸੀ ਕਿ ਵੀ ਕਈ ਵਾਰ ਲੋਨ ਡਿਨਾਈ ਕਰ ਦਿੰਦੇ ਕਈ ਬੈਂਕ ਹੁੰਦੇ ਨੇ ਜਿਹੜੇ ਆਪਣਾ ਇੰਨਾ ਐਫਰਟ ਨਹੀਂ ਲਾਉਂਦੇ ਪੇਨ ਨਹੀਂ ਲਾਉਂਦੇ ਕਿ ਲੋਨ ਨੂੰ ਕਿਸੇ ਤਰੀਕੇ ਉਹਨੂੰ ਸਟਰਕਚਰ ਕਰੀਏ ਉਹਨੂੰ ਅਪਰੂਵ ਕਰਾਈਏ ਸਾਡੇ ਕੋਲ ਕਈ ਵਾਰ ਲੋਨ ਆਉਂਦੇ ਨੇ ਕ੍ਰੈਡਿਟ ਸਕੋਰ ਘੱਟ ਹੈ ਤੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਤੁਹਾਡਾ ਲੋਨ ਨਹੀਂ ਹੋ ਸਕਦਾ ਅਸੀਂ ਲੈ ਕੇ ਉਹਨਾਂ ਦਾ ਕ੍ਰੈਡਿਟ ਸਕੋਰ ਉੱਪਰ ਕਰਦੇ ਹਾਂ ਸਾਡੇ ਕੋਲ ਸਰਵਿਸ ਹੈਗੀ ਹੈ ਅਸੀਂ ਰੈਪਿਡ ਸਕੋਰਿੰਗ ਕਰਾਉਂਦੇ ਹਾਂ ਅਗਰ 30-40 ਪੁਆਇੰਟ ਉੱਪਰ ਕਰਨੇ ਨੇ ਅਸੀਂ ਉਹਨਾਂ ਦੱਸਾਂਗੇ ਵੀ ਤੁਸੀਂ ਇਹ ਸਟੈਪ ਚੁੱਕੋ ਕਿ ਤੁਹਾਡਾ 30-40 ਪੁਆਇੰਟ ਸਕੋਰ ਉੱਪਰ ਹੋ ਜਾਏ ਤੇ ਤੁਹਾਨੂੰ ਘਰ ਮਿਲ ਜਾਵੇ ਜੀ ਸਾਡਾ ਪੂਰਾ ਇੱਕ ਐਫਰਟ ਸਾਡਾ ਇੱਕ ਪੂਰਾ ਮਾਇੰਡ ਸੈਟ ਹੁੰਦਾ ਆਫਿਸ ਦਾ ਕਿ ਅਸੀਂ ਲੋਨ ਇਹਨਾਂ ਦਾ ਕਰਵਾਉਣਾ ਹੋਵੇ ਜੀ ਅਸੀਂ ਅਗਰ ਆਏ ਨੇ ਡ੍ਰੀਮ ਹੈ ਇਹਨਾਂ ਦਾ ਡ੍ਰੀਮ ਨੂੰ ਅਸੀਂ ਉਹਨਾਂ ਦਾ ਪੂਰਾ ਕਰਾਉਣਾ ਹੈ ਇਹਨਾਂ ਦੇ ਨਾਲ ਮਿਲ ਕੇ ਅਸੀਂ ਇਹਨਾਂ ਦਾ ਸਕੋਰ ਹੈ ਜਾਂ ਕੋਈ ਵੀ ਹੋਰ ਇਸ਼ੂ ਹੈ ਕਿਸੇ ਵੀ ਇਸ਼ੂ ਦੇ ਬਗੈਰ ਹੁਣ ਤੁਹਾਨੂੰ ਇੱਕ ਕੇਸ ਆਇਆ ਬੈਂਕਰਪਸੀ ਕੀਤੀ ਸੀ 2018 ਦੇ ਵਿੱਚ ਉਹਨਾਂ ਨੇ ਬੈਂਕਾਂ ਨੇ ਲੋਨ ਨਹੀਂ ਕੀਤਾ ਉਹਨਾਂ ਦਾ ਕਿ 4 ਸਾਲ ਦੀ ਬੈਂਕਰਪਸੀ ਹੋਣੀ ਚਾਹੀਦੀ ਹੈ ਜੀ ਉਹ ਅਸੀਂ ਸਾਡੇ ਕੋਲ ਪ੍ਰੋਗਰਾਮ ਸੀਗਾ ਅਸੀਂ ਉਹਨਾਂ ਨੂੰ ਕਿਹਾ ਤੁਹਾਨੂੰ ਰੇਟ ਥੋੜ੍ਹਾ ਜ਼ਿਆਦਾ ਮਿਲੇਗਾ ਮਗਰ ਤੁਹਾਡਾ ਲੋਨ ਹੋ ਜਾਏਗਾ ਜੀ ਤੇ ਉਹੋ ਜਿਹੇ ਸਿਨੈਰੀਓ ਬੜੇ ਹੁੰਦੇ ਨੇ ਅਗਰ ਤੁਹਾਡਾ ਲੋਨ ਡਿਨਾਈ ਹੋਇਆ ਕਿਸੇ ਜਗ੍ਹਾ ਦੇ ਉੱਤੇ ਸਾਡੇ ਕੋਲ ਆਓ ਅਸੀਂ ਤੁਹਾਨੂੰ ਪੂਰਾ ਸਟੈਪ ਬਾਏ ਸਟੈਪ ਇੰਸਟਰਕਸ਼ਨ ਦੇਵਾਂਗੇ ਵੀ ਇਹ ਸਟੈਪ ਚੁੱਕੋ ਤਾਂ ਲੋਨ ਹੋ ਜਾਏਗਾ ਅਗਰ ਕੋਈ ਇਨਕਮ ਘੱਟ ਹੈ ਤੁਹਾਨੂੰ ਫਿਰ ਕੋਰਸ ਸੈਂਡ ਚਾਹੀਦਾ ਜਾਂ ਤੁਹਾਡੇ ਕੋਲ ਪੈਸੇ ਘੱਟ ਨੇ ਅਗਰ ਪੈਸੇ ਘੱਟ ਪੈ ਰਹੇ ਨੇ ਤੇ ਥੋੜੇ ਪੈਸੇ ਜੋੜ ਲਓ ਜਾਂ ਪ੍ਰੋਗਰਾਮ ਹੈਗੇ ਨੇ ਜੇ ਲੋ ਡਾਊਨ ਪੇਮੈਂਟ ਵਾਲੇ 3% ਡਾਊਨ ਦੇ ਕੇ ਤੁਸੀਂ ਕਰ ਲੈ ਸਕਦੇ ਹੋ ਅੱਛਾ ਜੀ ਮਤਲਬ ਕੋਈ ਕੋਈ ਨਾ ਕੋਈ ਰਸਤਾ ਤੁਹਾਡੇ ਅਸੀਂ ਕੱਢਾਂਗੇ ਅਨਲੈਸ ਐਂਡ ਅੰਟਿਲ ਤੁਹਾਡਾ ਕ੍ਰੈਡਿਟ ਬਹੁਤ ਹੀ ਖਰਾਬ ਹੈ ਅਗਰ ਦੈਨ ਇਜ਼ ਅ ਪ੍ਰੋਬਲਮ ਅਗਰ ਕੋਈ ਐਵੇਂ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਵੱਡੇ ਬੈਂਕ ਤੁਹਾਨੂੰ ਐਡਵਾਈਸ ਨਹੀਂ ਕਰਦੇ ਕਿ ਤੁਸੀਂ ਇਹ ਸਟੈਪ ਚੁੱਕੋ ਜੀ ਗਾਈਡ ਨਹੀਂ ਕਰਦੇ ਅਸੀਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਕਿ ਤੁਹਾਡਾ ਘਰ ਦਾ ਲੋਨ ਹੋ ਜਾਵੇ ਤੁਹਾਨੂੰ ਘਰ ਮਿਲ ਜਾਵੇ ਜੀ ਅਤੇ ਇੱਕ ਡਾਊਨ ਪੇਮੈਂਟ ਦੇ ਵਿੱਚ ਜੀ ਹੈਗਾ ਰਿਵਾਜ ਕਿ ਗਿਫਟ ਚੈੱਕ ਲੈਣ ਦਾ ਵੀ ਗਿਫਟ ਚੈੱਕ ਲੈ ਸਕਦੇ ਗਿਫਟ ਅਸੀਂ ਕਿਹਦੇ ਕਿਹਦੇ ਕੋਲ ਲੈ ਸਕਦੇ ਹਾਂ ਤਾਂ ਕਿਹੜਾ ਕਿਹੜਾ ਗਿਫਟ ਚੈੱਕ ਜਿਹੜਾ ਐਲੀਜੀਬਲ ਹੈਗਾ ਦੇਖੋ ਹੁੰਦਾ ਕੀ ਹੈ ਕਿ ਵੀ ਜਿਹੜਾ ਕਿ ਸਾਡਾ ਬਹੁਤ ਹੀ ਕਾਮਨ ਹੁੰਦਾ ਹੈ ਕਿ ਸਾਡੇ ਯੂ ਨੋ ਕਮਿਊਨਿਟੀ ਵਿੱਚ ਵੀ ਹੈਗਾ ਵੇ ਕਿ ਅਸੀਂ ਪੈਸੇ ਬੈਂਕ 'ਚ ਨਹੀਂ ਨੇ ਅਸੀਂ ਗਿਫਟ ਲੈ ਕੇ ਕਰ ਲੈਣਾ ਵੇ ਹਾਂਜੀ ਤੇ ਗਿਫਟ ਅਲਾਊਡ ਹੁੰਦੇ ਨੇ ਮੋਸਟਲੀ ਤਕਰੀਬਨ ਸਾਰੇ ਪ੍ਰੋਗਰਾਮਾਂ 'ਚ ਗਿਫਟ ਅਲਾਊਡ ਹੁੰਦਾ ਵੇ ਅੱਛਾ ਜੀ ਅਗਰ ਤੁਸੀਂ ਐਫ ਐਚ ਏ ਲੋਨ ਲੈ ਰਹੇ ਹੋ ਤੇ ਤੁਸੀਂ 3% ਡਾਊਨ ਦੇ ਰਹੇ ਹੋ ਤੇ ਪੂਰਾ 3% ਤੁਸੀਂ ਗਿਫਟ ਲੈ ਸਕਦੇ ਹੋ 100% ਅੱਛਾ ਗਿਫਟ ਆ ਸਕਦਾ ਅੱਛਾ ਜੀ ਅਗਰ ਤੁਸੀਂ ਕਨਵੈਨਸ਼ਨਲ ਲੋਨ ਲੈਣਾ ਵੇ ਜਿਹਦੇ 'ਚ ਉਹਦੇ 'ਚ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਕਿੰਨਾ ਗਿਫਟ ਲੈ ਸਕਦੇ ਹੋ ਉਹਦੇ 'ਚ ਹੁੰਦਾ ਕਿ ਅਗਰ ਤੁਸੀਂ 20% ਡਾਊਨ ਦੇ ਰਹੇ ਹੋ ਤਾਂ ਉਹਦੇ 'ਚ 100% ਤੁਸੀਂ ਗਿਫਟ ਹੁੰਦਾ ਅਸੀਂ ਲੋਨ ਕਰ ਰਹੇ ਹਾਂ ਕਿਸੇ ਦਾ ਉਹਨਾਂ ਦੇ ਫਾਦਰ ਨੇ ਆਪਣੇ ਬੇਟੇ
ਮਦਰ ਫਾਦਰ ਕਜ਼ਨ ਕੋਲੋਂ ਅੰਕਲ ਆਂਟ ਕੋਲੋਂ ਕਿਸੇ ਕੋਲ ਵੀ ਤੁਸੀਂ ਗਿਫਟ ਲੈ ਸਕਦੇ ਹੋ ਬਲੱਡ ਰਿਲੇਸ਼ਨ ਜੇ ਬਾਹਰਲੇ ਦੋਸਤ ਮਿੱਤਰ ਤੋਂ ਕਿਸੇ ਤੋਂ ਲੈ ਸਕਦੇ ਕਜ਼ਨ ਵਗੈਰਾ ਤੋਂ ਲੈ ਸਕਦੇ ਹੋ ਦੋਸਤਾਂ ਚੋਂ ਫਰੈਂਡਸ ਕੋ ਗਿਫਟ ਅਲਾਊ ਨਹੀਂ ਕਰਦੇ ਬੈਂਕਸ ਕਿ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਹਾਡਾ ਕਜ਼ਨ ਹੈ ਕੋਈ ਬ੍ਰਦਰ ਹੈ ਯੂ ਨੋ ਅੰਕਲ ਹੈ ਉਹਨਾਂ ਕੋਲ ਵੀ ਲੈ ਸਕਦੇ ਹੋ ਬ੍ਰਦਰ ਲਾ ਸਿਸਟਰ ਲਾ ਉਹਨਾਂ ਕੋਲ ਮਦਰ ਲਾ ਉਹਨਾਂ ਕੋਲ ਵੀ ਲੈ ਸਕਦੇ ਹੋ ਤੁਸੀਂ ਗਿਫਟ ਜੀ ਮਤਲਬ ਜਿਵੇਂ ਕਿਸੇ ਸਿੰਘ ਨੇ ਲੈਣਾ ਮੈਂ ਜਗਤਾਰ ਸਿੰਘ ਨੇ ਲੋਨ ਲੈਣਾ ਤੇ ਕੋਈ ਅਗਰ ਕੋਈ ਸਿੰਘ ਦੇ ਦੇਗਾ ਤੇ ਮੇਰੇ ਖਿਆਲ ਬੈਂਕ ਬੜਾ ਇਤਰਾਜ਼ ਨਹੀਂ ਕਰਦੀ ਕੋਈ ਸਿੰਘ ਨਾਂ ਦਾ ਬੰਦਾ ਬੜਾ ਇਤਰਾਜ਼ ਨਹੀਂ ਕਰਦੇ ਹੈਗੇ ਮਤਲਬ ਰਿਲੇਸ਼ਨਸ਼ਿਪ ਅਗਰ ਕਜ਼ਨ ਹੈ ਤੇ ਕਜ਼ਨ ਦੇ ਵਿੱਚ ਕੋਈ ਦੇ ਸਿੰਘ ਹੈ ਤੇ ਕਜ਼ਨ ਸ਼ੋਅ ਕਰ ਦਿੰਦਾ ਤੇ ਠੀਕ ਹੈ ਜੀ ਤੇ ਇੱਕ ਜੀ ਇਹ ਵੀ ਹੈਗਾ ਕਿ ਰਿਟਰਨ ਭਰਨੀ ਜ਼ਰੂਰੀ ਹੈ ਲੋਨ ਲੈਣ ਲਈ ਜਾਂ ਰੀਫਾਈਨੈਂਸ ਕਰਾਉਣ ਵਾਸਤੇ ਜਿਨ੍ਹਾਂ ਨੇ ਕਿਸੇ ਨੇ ਨਹੀਂ ਭਰੀ 19-20 ਦੀ ਤੇ ਉਹਨਾਂ ਨੂੰ ਲੈ ਸਕਦੇ ਲੋਨ ਜਾਂ ਨਹੀਂ ਦੇਖੋ ਇਹ ਹੁੰਦਾ ਕੀ ਹੈ ਕਿ ਜਦੋਂ ਨੋਟ ਤੁਸੀਂ ਟੈਕਸ ਤੁਹਾਨੂੰ ਨਹੀਂ ਭਰੀ 19-20 ਦੀ ਮਤਲਬ ਕਾਫੀ ਟਾਈਮ ਹੋ ਗਿਆ ਕਿਉਂਕਿ ਬੈਂਕ ਦਾ ਪਹਿਲਾ ਕੁਐਸਚਨ ਹੁੰਦਾ ਕਿ ਟੈਕਸ ਤੁਹਾਨੂੰ ਭੇਜੋ ਜੀ ਮਗਰ ਅੱਜ ਕੱਲ੍ਹ ਕੀ ਹੈ ਕਿ ਇੰਨੇ ਕੁ ਪ੍ਰੋਗਰਾਮ ਆ ਚੁੱਕੇ ਨੇ ਮਾਰਕੀਟ ਦੇ ਵਿੱਚ ਜੋ ਅੱਜ ਤੋਂ ਕੋਵਿਡ ਤੋਂ ਪਹਿਲੇ ਹੁੰਦੇ ਸੀਗੇ ਕਿ ਤੁਸੀਂ ਟੈਕਸ ਤੁਹਾਨੂੰ ਨਹੀਂ ਹੈਗੀਆਂ ਨੋ ਟੈਕਸ ਤੁਹਾਨੂੰ ਲੋਨ ਜਿਹੜੇ ਨੇ ਬੜੇ ਹੀ ਕਾਮਨ ਹੋ ਗਏ ਨੇ ਅੱਜ ਕੱਲ੍ਹ ਜੀ ਨੋ ਇਨਕਮ ਚੈੱਕ ਤੁਸੀਂ 25-30% ਡਾਊਨ ਦਿਓ ਕੋਈ ਕੁਐਸਚਨ ਨਹੀਂ ਪੁੱਛਦੇ ਅੱਜ ਕੱਲ੍ਹ ਕੋਈ ਵੀ ਪ੍ਰੋਗਰਾਮ ਆ ਗਿਆ ਕਿ ਤੁਸੀਂ 30% ਡਾਊਨ ਦਿਓ ਤੇ ਤੁਹਾਨੂੰ ਕੁਝ ਵੀ ਬੇਸਿਕਲੀ ਐਬਸੋਲੂਟਲੀ ਐਪਲੀਕੇਸ਼ਨ ਤੇ ਤੁਸੀਂ ਆਪਣੀ ਜੌਬ ਨਹੀਂ ਲਿਖਣੀ ਅੱਛਾ ਤੁਸੀਂ ਪੁੱਛਾਂਗੇ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਤੁਹਾਡਾ ਬੇਸਿਕਲੀ ਕ੍ਰੈਡਿਟ ਸਕੋਰ ਚਾਹੀਦਾ ਤੇ ਪੈਸੇ ਚਾਹੀਦੇ ਨੇ ਤੁਸੀਂ ਕਿੰਨੀ ਇਨਕਮ ਹੈ ਅਸੀਂ ਉਹ ਵੀ ਨਹੀਂ ਕੁਐਸਚਨ ਪੁੱਛਾਂ ਤੁਹਾਨੂੰ ਤੁਸੀਂ ਕਿੱਥੇ ਕੰਮ ਕਰਦੇ ਹੋ ਉਹ ਨਹੀਂ ਪੁੱਛਣਾ ਐਪਲੀਕੇਸ਼ਨ ਬੇਸਿਕਲੀ ਬਲੈਂਕ ਹੁੰਦੀ ਹੈ ਜੀ ਤੇ ਉਹ ਪ੍ਰੋਗਰਾਮ ਵੀ ਆ ਗਏ ਨੇ ਬਾਜ਼ਾਰ ਦੇ ਵਿੱਚ ਇਸ ਟਾਈਮ ਉਹਨਾਂ ਦਾ ਰੇਟ ਜ਼ਿਆਦਾ ਹੁੰਦਾ ਵੇ ਹੁਣ ਸਾਡੇ ਕੋਲ ਕਈ ਕਾਲਾਂ ਵੀ ਹੈ ਜੇ ਅਸੀਂ ਟੈਕਸ ਤੋਂ ਨਹੀਂ ਫਾਈਲ ਕੀਤੀਆਂ ਮਗਰ ਅਸੀਂ ਕਰ ਲੈਣਾ ਹੈ ਔਰ ਹੁਣੇ ਹੀ ਲੈਣਾ ਹਾਂਜੀ ਤੇ ਉਹਨਾਂ ਨੂੰ ਅਸੀਂ ਕਹਿੰਦੇ ਠੀਕ ਹੈ ਤੁਸੀਂ ਕੰਮ ਕਰੋ ਨੋ ਟੈਕਸ ਤੋਂ ਲੋਨ ਲੈ ਲਓ ਹਾਂਜੀ ਜੋ ਨੋ ਇਨਕਮ ਚੈੱਕ ਲੋਨ ਹੈਗੇ ਨੇ ਜੀ ਤੇ 6-8 ਮਹੀਨੇ ਬਾਅਦ ਜਦੋਂ ਤੁਸੀਂ ਟੈਕਸ ਤੋਂ ਆਪਣੀ ਫਾਈਲ ਕਰੋਗੇ ਸਾਡੇ ਕੋਲ ਆ ਜਾਣਾ ਅਸੀਂ ਉਹਨੂੰ ਰੀਫਾਈਨੈਂਸ ਕਰਕੇ ਤੁਹਾਡਾ ਰੇਟ ਜੋ ਹੈ ਮਾਰਕੀਟ ਰੇਟ ਜੋ ਚੱਲਦਾ ਹੈ 3 or under 3 ਉਹ ਕਰ ਦੇਣਗੇ ਵਾਹ ਜੀ ਵਾਹ ਤੇ ਉਹਦੇ ਵਾਸਤੇ ਐਵੇਂ ਕਿ ਕੋਈ ਸਾਨੂੰ ਮਿਲ ਲਓ ਮੋਸਟਲੀ ਅਸੀਂ ਵੇਖਿਆ ਸੈਲਫ ਇੰਪਲੋਇਡ ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹਨਾਂ ਨੂੰ ਹੁੰਦਾ ਟਾਈਮ ਨਹੀਂ ਹੁੰਦਾ ਟੈਕਸ ਤੋਂ ਫਾਈਲ ਨਹੀਂ ਕੀਤੀ ਕਿਉਂਕਿ ਅਕਾਊਂਟੈਂਟ ਕੋਲ ਜਾਣਾ ਹੈ ਬੜੇ ਸਾਰੇ ਪੇਪਰ ਲੈ ਕੇ ਜਾਣਾ ਹੈ ਉਹ ਪੇਪਰ ਹੀ ਕਦੇ ਇਕੱਠੇ ਨਹੀਂ ਹੁੰਦੇ ਤੇ ਉਸ ਕੇਸ ਸਾਡੇ ਨੇ ਕਿ ਜੌਬ ਵਾਲੇ ਤੇ W2 ਟੈਕਸ ਤੋਂ ਮਿਲੇ ਆਪਣੇ ਜੌਬ ਫਾਈਲ ਕੀਤਾ 2 ਮਿੰਟ ਅੰਦਰ ਟੈਕਸ ਤੋਂ ਫਾਈਲ ਹੋ ਜਾਂਦੀ ਹੈ ਜੀ ਬਿਜ਼ਨਸਮੈਨਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਪੇਪਰ ਬਹੁਤ ਇਕੱਠੇ ਕਰਨੇ ਪੈਂਦੇ ਨੇ ਟੈਕਸ ਵਾਸਤੇ ਜੀ ਤੇ ਉਹੀ ਉਹ ਬਿਹਾਈਂਡ ਹੁੰਦੇ ਨੇ ਆਪਣੀ ਟੈਕਸ ਤੋਂ ਦੇ ਜੀ ਤੇ ਉਸ ਕਰਕੇ ਤੁਸੀਂ ਅਗਰ ਤੁਹਾਡਾ ਸਿਚੁਏਸ਼ਨ ਹੈਗੀ ਹੈ ਤੁਹਾਨੂੰ ਕਾਲ ਕਰਕੇ ਤੁਹਾਡਾ ਕ੍ਰੈਡਿਟ ਸਕੋਰ ਅਸੀਂ ਦੇਖਾਂਗੇ ਉਹ ਕ੍ਰੈਡਿਟ ਸਕੋਰ ਦੀ ਬੇਸ ਤੇ ਉੱਤੇ ਤੁਹਾਨੂੰ ਦੱਸ ਦਾਂਗੇ ਤਾਂ ਉਹ ਰੇਟ ਮਿਲੇਗਾ ਜੀ ਤੇ ਇੰਨੀ ਫਾਸਟ ਤੁਹਾਡਾ ਲੋਨ ਕਿੰਨੀ ਜਲਦੀ ਲੋਨ ਕਲੋਜ਼ ਹੋ ਸਕਦਾ ਹੈ ਜੀ ਹਰਮਨ ਜੀ ਇੱਕ ਬ੍ਰੇਕ ਲੈਣੀ ਪੈਗੀ ਜੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਗੱਲ ਕਰਾਂਗੇ ਸਾਡੇ ਦਰਸ਼ਕਾਂ ਨੂੰ ਮੈਂ ਦੱਸ ਦੇਵਾਂਗੇ ਹਰਮਨ ਸਿੰਘ ਜੀ ਓਮਨੀ ਮੋਰਗੇਜ ਐਂਡ ਰੀਅਲਟੀ ਨਿਊਯਾਰਕ ਦੇ ਵਿੱਚ ਇਹਨਾਂ ਦਾ ਆਫਿਸ ਹੈਗਾ ਬਿਲਕੁਲ ਪੰਜਾਬੀਆਂ ਦੇ ਗੜ੍ਹ ਦੇ ਵਿੱਚ ਗੁਰੂ ਘਰ ਜਿੱਥੇ ਹੈਗੇ ਨੇ 101 'ਤੇ ਔਰ ਉੱਥੋਂ ਉੱਥੇ ਤੁਸੀਂ ਜਾ ਵੀ ਸਕਦੇ ਹੋ ਅਤੇ ਨੰਬਰ ਸਕਰੀਨ 'ਤੇ ਆ ਰਿਹਾ ਅਤੇ ਉੱਥੇ ਵੀ ਕਾਲ ਕਰਕੇ ਕੋਈ ਗੱਲ ਕਰ ਸਕਦੇ ਹੋ ਬਾਕੀ ਦੀ ਜਾਣਕਾਰੀ ਜਿਹੜੀ ਹੈਗੀ ਹੈ ਰੀਅਲ ਇਸਟੇਟ ਬਾਰੇ ਜਾਂ ਫਿਰ ਮੋਰਗੇਜ ਬਾਰੇ ਉਹ ਅਸੀਂ ਬ੍ਰੇਕ ਤੋਂ ਬਾਅਦ ਲਵਾਂਗੇ ਦੇਖਦੇ ਰਹੋ ਜਸ ਪੰਜਾਬੀ ਅੱਜ ਅਸੀਂ ਗੱਲ ਕਰ ਰਹੇ ਹਾਂ ਹਰਮਨ ਸਿੰਘ ਜੀ ਨਾਲ ਓਮਨੀ ਰੀਅਲਟੀ ਅਤੇ ਮੋਰਗੇਜ ਜਿਹੜੀ ਕਿ ਨਿਊਯਾਰਕ ਦੇ ਵਿੱਚ ਹੈਗੇ ਨੇ ਜੁੜੇ ਹੋਏ ਸਾਡੇ ਨਾਲ ਅਗਲੀ ਜਾਣਕਾਰੀ ਇਹਨਾਂ ਕੋਲੋਂ ਲੈਂਦੇ ਹਾਂ ਅਤੇ ਹਰਮਨ ਸਿੰਘ ਜੀ ਅਸੀਂ ਥੋੜ੍ਹੀ ਜਿਹੀ ਗੱਲ ਹੋਰ ਕਰਾਂਗੇ ਮੋਰਗੇਜ ਦੀ ਅਤੇ ਫਿਰ ਅਸੀਂ ਰੀਅਲ ਅਸਟੇਟ ਦੀ ਗੱਲ ਵੀ ਜ਼ਰੂਰ ਕਰਨੀ ਚਾਹਾਂਗੇ ਸਮਾਂ ਬਚਿਆ ਤਾਂ ਅੱਛਾ ਕੋਈ ਬੰਦੇ ਜਿੱਦਾਂ ਹੁਣ ਬਿਜ਼ਨਸ ਲੋਕਾਂ ਦੇ ਤਕਰੀਬਨ ਬੰਦ ਰਹੇ ਨੇ ਪਿਛਲੇ ਸਾਲ ਬਹੁਤ ਜ਼ਿਆਦਾ ਅਸੀਂ ਖਾਸ ਤੌਰ 'ਤੇ ਹੋਟਲਾਂ ਦੀ ਗੱਲ ਕਰ ਲਈਏ ਜੇ ਕੋਈ ਇੱਦਾਂ ਕੰਮ ਕਰਦਾ ਸੀ ਹੋਟਲ ਬੰਦ ਸੀਗਾ ਅਤੇ ਉਹ ਲੋਨ ਉਹਨਾਂ ਨੇ ਲੈਣਾ ਹੋਵੇ ਜਾਂ ਰੀਫਾਈਨੈਂਸ ਕਰਾਉਣਾ ਹੋਵੇ ਤਾਂ ਉਹਦੇ ਵਾਸਤੇ ਕੀ ਪ੍ਰੋਸੀਜਰ ਹੈ ਦੇਖੋ ਜੀ ਹੋਟਲਾਂ ਦਾ ਇੰਡਸਟਰੀ ਜਿਹੜੀ ਸੀ ਜਿੰਨੀ ਹਸਪੀਟੈਲਿਟੀ ਇੰਡਸਟਰੀ ਸੀਗੀ ਉਹ ਸਾਰੀ ਨੇ ਸਫਰ ਕੀਤਾ ਬਿਜ਼ਨਸਿਸ ਬਿਲਕੁਲ ਬੰਦ ਹੋ ਗਏ ਬਾਕੀ ਬਿਜ਼ਨਸ ਕਈ ਚੱਲਦੇ ਰਹੇ ਯੂ ਨੋ ਪਾਰਟ ਟਾਈਮ ਜਾਂ ਯੂ ਨੋ ਵੀਕਲੀ ਕੁਝ ਦਿਨਾਂ ਵਾਸਤੇ ਮਗਰ ਹੋਟਲ ਤੇ ਬਿਲਕੁਲ ਟੋਟਲੀ ਬੰਦ ਹੋ ਗਏ ਸੀ ਤੇ ਰੈਸਟੋਰੈਂਟ ਵਗੈਰਾ ਤੇ ਸਾਡੇ ਕੋਲ ਕਾਫੀ ਹੋਟਲ ਦੇ ਕਲਾਇੰਟ ਆਉਂਦੇ ਨੇ ਕਿ ਜਿਹੜੇ ਵੀ ਹੁਣ ਅਸੀਂ ਦੁਬਾਰਾ ਸਾਡੀ ਜੌਬ ਖੁੱਲ ਗਈ ਹੈ ਕਿ ਲਾਸਟ ਈਅਰ ਸਾਨੂੰ ਹੋਟਲ ਬੰਦ ਹੋ ਗਿਆ ਜਾਂ ਹੋਟਲ 'ਚ ਉਹਨਾਂ ਨੇ ਕਿਸੇ ਇੰਪਲਾਈ ਨੂੰ ਮਿਨੀਮਮ ਇੰਪਲਾਈ 5 ਘੰਟੇ 8 ਘੰਟੇ ਵੀਕਲੀ ਦਿੱਤੇ ਹਾਂਜੀ ਤੇ ਉਸ ਕੇਸ ਵਿੱਚ ਲੋਨ ਨਹੀਂ ਹੁੰਦੇ ਸੀ ਮਗਰ ਹੁਣ ਐਵੇਂ ਕਿ ਰੀਸੈਂਟਲੀ ਅਸੀਂ ਹੁਣ ਇੱਕ ਲੋਨ ਕਰ ਰਹੇ ਹਾਂ ਕਿ ਜਿਹਨਾਂ ਨੇ ਉਹਨਾਂ ਨੇ ਆਪਣਾ ਅਪ੍ਰੈਲ ਤੋਂ ਦੁਬਾਰਾ ਆਪਣਾ ਕੰਮ ਫੁੱਲ ਫਲੈਸ਼ ਸ਼ੁਰੂ ਕਰਤਾ ਉਹ ਕਿਧਰੇ ਬੈਂਕ 'ਚ ਗਏ ਸੀ ਉਹਨਾਂ ਨੂੰ ਦਿੱਕਤ ਆ ਗਈ ਉਹਨਾਂ ਨੇ ਬੈਂਕ ਦੇ ਕਹਿੰਦੇ ਜੀ ਅਸੀਂ ਤਾਂ ਤੁਸੀਂ ਅਸੀਂ ਇਨਕਮ ਨੂੰ ਐਵਰੇਜ ਕਰਦੇ ਹਾਂ ਤੇ ਤੁਹਾਡੀ ਇਨਕਮ ਘੱਟ ਜਾਂਦੀ ਹੈ ਉਹ ਫਿਰ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਬੈਂਕ ਨੂੰ ਵੀ ਇਹਨਾਂ ਨੇ ਅਪ੍ਰੈਲ ਤੋਂ ਕੰਮ ਸ਼ੁਰੂ ਕੀਤਾ ਤੇ ਫੁੱਲ ਟਾਈਮ ਦੁਬਾਰਾ ਆਪਣਾ 40 hours ਪਲੱਸ ਓਵਰ ਟਾਈਮ ਤੇ ਤੁਸੀਂ ਇਹਦੀ ਬੇਸ ਤੇ ਲੋਨ ਅਪਰੂਵ ਕਰੋ ਜੀ ਤੇ ਕਾਫੀ ਅਸੀਂ ਬੈਕ ਐਂਡ ਫੋਰ ਕਰਕੇ ਉਹਨਾਂ ਦਾ ਉਹਨਾਂ ਨੇ ਰੀਫਰੈਂਸ ਵੀ ਕਰਨਾ ਸੀ ਤੇ ਉਹਨਾਂ ਨੇ ਦੂਜਾ ਕਰਵਾਈ ਕੀਤਾ ਸੀਗਾ ਜੀ ਤੇ ਅਸੀਂ ਰੀਫਰੈਂਸ ਵੀ ਕਲੋਜ਼ ਕੀਤਾ ਉਹਨਾਂ ਦਾ ਤੇ ਹੁਣ ਅਸੀਂ ਉਹਨਾਂ ਦੇ ਜਿਹੜਾ ਬਾਏ ਕਰ ਰਹੇ ਨੇ ਉਹ ਕਲੋਜ਼ਿੰਗ ਕਰ ਲਾਂਗੇ ਉਹਨਾਂ ਦੀ ਉਹ ਵੀ 2 ਹਫ਼ਤੇ ਤੱਕ ਤੇ ਉਸ ਕੇਸ ਵਿੱਚ ਅਗਰ ਤੁਹਾਨੂੰ ਬੈਂਕ ਦਿੱਕਤ ਕਰਦੇ ਨੇ ਕਿਉਂਕਿ ਇਹ ਇੱਕ
ਥੋੜਾ ਆਰਗੂਮੈਂਟ ਕਰਨਾ ਪੈਂਦਾ ਵੇ ਕਿ ਸਾਡੀ ਜੋ ਹੈ ਕਿ ਜਿਵੇਂ ਸਾਡਾ ਬ੍ਰੋਕਰ ਚੈਨਲ ਹੈ ਕਿ ਅਸੀਂ ਬੈਂਕਾਂ ਨਾਲ ਫਾਈਟ ਕਰਦੇ ਹਾਂ, ਅਸੀਂ ਗਿਵ ਅਪ ਨਹੀਂ ਕਰ ਦਿੰਦੇ ਜਿਵੇਂ ਸਾਨੂੰ ਬੈਂਕ ਨੇ ਅਗਰ ਨਾ ਕੀਤੀ ਹੈ ਤੇ ਅਸੀਂ ਈਜ਼ੀਲੀ ਨਾ ਨੂੰ ਐਕਸੈਪਟ ਨਹੀਂ ਕਰਦੇ ਜਦ ਤੱਕ ਵੀ ਸਾਡਾ ਇੱਕ ਕੰਪਨੀ ਦਾ ਇੱਕ ਸਾਡਾ ਇੱਕ ਬੜਾ ਵੱਡਾ ਕਿ ਲੋਕ ਕਹਿੰਦੇ ਨੇ ਕਿ ਤੁਹਾਡਾ ਲੋਨ ਅਗਰ ਕਿਤੇ ਨਹੀਂ ਹੁੰਦਾ ਤਾਂ ਓਮਨੀ ਮੁੜ ਕੇ ਚਲੇ ਜਾਓ, ਤੁਹਾਡਾ ਲੋਨ ਕਰਾ ਦਿੰਦੇ ਜੀ। ਇਹ ਸਾਡੀ ਕਹਿੰਦੇ ਕਿ ਅਸੀਂ ਅਗਰ ਲੋਨ ਫੜਿਆ ਅਸੀਂ ਪਹਿਲੇ ਪੂਰਾ ਛਾਨਬੀਨ ਕਰਕੇ ਪੂਰਾ ਤੁਹਾਨੂੰ ਗਾਈਡ ਕਰਕੇ ਅਗਰ ਤੁਹਾਡਾ ਲੋਨ ਅਸੀਂ ਲੈ ਲਿਆ, ਲੋਨ ਤੁਹਾਡਾ ਅਗਰ ਕਮਜ਼ੋਰ ਵੀਕ ਹੈਗਾ ਅਗਰ ਇਹਦੇ 'ਚ ਕ੍ਰੈਡਿਟ ਸਕੋਰ ਵੀਕ ਨੇ ਜਾਂ ਪੈਸੇ ਨਹੀਂ ਹੈਗੇ ਜਾਂ ਪੈਸੇ ਆਉਣ ਵਾਲੇ ਨੇ ਇੰਡੀਆ ਤੋਂ ਕਿੱਧਰੋਂ ਵੀ ਡਿਲੇ ਹੋ ਸਕਦਾ, ਤਾਂ ਤੁਹਾਡਾ ਇੱਕ ਗਾਰੰਟੀ ਹੈ ਕਿ ਲੋਨ ਅਗਰ ਅਸੀਂ ਫੜ ਲਿਆ ਤੁਹਾਡਾ ਲੋਨ ਕਲੋਜ਼ ਹੀ ਹੋ ਜਾਏਗੀ। ਇਹ ਪੱਕੀ ਗੱਲ ਹੈ। ਤੇ ਇਸ ਕਰਕੇ ਜਦੋਂ ਅਸੀਂ ਲੋਨ ਫੜਦੇ ਹਾਂ ਅਗਰ ਅਸੀਂ ਤੁਹਾਨੂੰ ਕਿਹਾ ਵੀ ਤੁਹਾਡੀ ਇਨਕਮ ਦੀ ਬੇਸ ਤੇ ਤੁਸੀਂ ਜਾਬ ਤੁਹਾਡੀ ਹੁਣੇ 2 ਮਹੀਨੇ ਬੈਕ ਟੂ ਨਾਰਮਲ ਹੋ ਗਈ ਹੈ, ਅਗਰ ਬੈਂਕ ਨਹੀਂ ਕਰ ਰਹੇ ਅਗਰ ਅਸੀਂ ਲੋਨ ਫੜਿਆ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਵੇਲੇ ਜਦੋਂ ਤੁਸੀਂ ਸਾਡੇ ਕੋਲ ਆਓਗੇ ਰਾਈਟ ਵੇ ਅਸੀਂ 2-3 ਬੈਂਕਾਂ ਨੂੰ ਕਾਲ ਕਰਕੇ ਅਸੀਂ ਉਹਨਾਂ ਦਾ ਸਿਨੈਰੀਓ ਰਨ ਕਰਕੇ ਅਸੀਂ ਯੈਸ ਔਰ ਨੋ ਦਾ ਆਨਸਰ ਰਾਈਟ ਦੇ ਕੁਇਕਲੀ ਲੈ ਵੀ ਲੈਂਦੇ ਹਾਂ ਜੀ, ਕਿ ਵਿਦਿਨ ਸਾਡਾ ਹੈਗਾ ਕਿ ਵਿਦਿਨ 48 ਆਵਰ ਅਸੀਂ ਤੁਹਾਨੂੰ ਡੈਫੀਨੇਟਲੀ ਯੈਸ ਔਰ ਨੋ ਆਨਸਰ ਦੇਵਾਂਗੇ, ਜਿਹਦੇ ਨਾਲ ਤੁਹਾਨੂੰ ਇਹ ਬਾਅਦ 'ਚ ਪਰੇਸ਼ਾਨੀ ਨਾ ਹੋਵੇ ਕਿ ਲੋਨ ਹੋਏਗਾ ਜਾਂ ਨਹੀਂ ਹੋਏਗਾ। ਜੀ ਸਾਡੀ ਟੀਮ ਜਿਹੜੀ ਇਸ ਮਾਮਲੇ 'ਚ ਬਹੁਤ ਧਿਆਨ ਰੱਖਦੀ ਹੈ ਕਿ ਅਗਰ ਅਸੀਂ ਲੋਨ ਤੁਹਾਡਾ ਫੜਿਆ ਅਸੀਂ ਲੋਨ ਕਲੋਜ਼ ਕਰਾ ਦਈਏ, ਜੇ ਅਗਰ ਤੁਹਾਨੂੰ ਸਿਚੁਏਸ਼ਨ ਹੈ ਕਿ ਤੁਸੀਂ ਦੁਬਾਰਾ ਜਾਬ ਹੁਣ ਸ਼ੁਰੂ ਕੀਤੀ ਹੈ ਪਹਿਲੇ 1 ਸਾਲ ਨਹੀਂ ਕੰਮ ਕੀਤਾ, ਡੋਂਟ ਵਰੀ ਸਾਨੂੰ ਕਾਲ ਕਰੋ ਸਾਡਾ ਲੋਨ ਅਸੀਂ ਕਰਾ ਕੇ ਦਿਆਂਗੇ। ਵਾਹ ਜੀ। ਤੇ ਇਹਦੇ ਨਾਲ ਹੀ ਤੁਸੀਂ ਅਨਇੰਪਲੋਇਮੈਂਟ ਦੀ ਗੱਲ ਕੀਤੀ ਹੈ, ਨਾਲ ਹੀ ਇੱਕ ਰਿਲੇਟਡ ਸਵਾਲ ਹੈਗਾ ਕਿ ਬਹੁਤ ਸਾਰੇ ਰੀਫਾਈਨੈਂਸ ਦੀ ਅਸੀਂ ਹੁਣ ਗੱਲ ਕਰਾਂਗੇ ਕਿ ਜਿਨ੍ਹਾਂ ਨੇ ਘਰਾਂ ਦੀਆਂ ਪੇਮੈਂਟਾਂ ਰੋਕ ਦਿੱਤੀਆਂ ਸੀਗੀਆਂ ਬਾਅਦ ਦੇ ਵਿੱਚ ਕੰਟੀਨਿਊ ਕਰਤੀਆਂ 2 ਮਹੀਨੇ ਬਾਅਦ, 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ, ਤੇ ਉਹ ਰੀਫਾਈਨੈਂਸ ਕਰਵਾ ਸਕਦੇ? ਬਿਲਕੁਲ ਜੀ, ਅਗਰ ਤੁਸੀਂ ਪਿਛਲੇ 3 ਮਹੀਨੇ ਤੋਂ ਪੇਮੈਂਟ ਆਪਣੀਆਂ ਦੇ ਰਹੇ ਹੋ ਟਾਈਮ ਤੇ, ਅੱਛਾ ਜੀ, ਤੇ ਉਸ ਕੇਸ ਵਿੱਚ ਅਗਰ ਤੁਹਾਡਾ 1 ਸਾਲ ਦਾ ਬੈਲੈਂਸ ਜਿਹੜਾ ਸੀ ਤੁਸੀਂ ਨਹੀਂ ਪੇ ਕੀਤਾ, ਹਾਂਜੀ, ਉਹ ਬੈਂਕ ਨੇ ਤੁਹਾਡੇ ਪ੍ਰਿੰਸੀਪਲ ਤੇ ਐਡ ਕਰਤਾ ਕਿ ਕੱਲ ਸਾਨੂੰ ਕਾਲ ਆਈ ਸੀ ਜੀ, ਉਹ ਕਹਿੰਦੇ ਜੀ ਅਸੀਂ ਪੇਮੈਂਟ ਨਹੀਂ ਕੀਤੀਆਂ, ਸਾਨੂੰ ਆ ਪੈਸੇ ਸੀਗੇ ਮਗਰ ਅਸੀਂ ਉਹਨਾਂ ਨੇ ਆਪਸ਼ਨ ਲਈ ਕਿ ਨਹੀਂ ਕਰਨੀ ਕਿਉਂਕਿ ਸਰਕਾਰ ਕਹਿ ਰਹੀ ਸੀ ਨਾ ਕਰੋ ਤੇ ਨਾ ਕਰੋ, ਹਾਂਜੀ, ਉਹ ਕਹਿੰਦਾ ਉਹਨਾਂ ਨੇ ਉਹ ਪਿੰਜ ਉਹ ਜਿੰਨਾ ਇਸ ਸਾਲ ਦੀ ਪੇਮੈਂਟਾਂ ਐਡ ਕਰਕੇ ਉਹਨਾਂ ਨੇ ਮੋਰਗੇਜ ਤੇ ਐਡ ਪਿੱਛੇ ਐਡ ਕਰਤੀਆਂ ਪ੍ਰਿੰਸੀਪਲ ਤੇ ਐਂਡ ਵਿਦ ਜ਼ੀਰੋ ਇੰਟਰਸਟ। ਅੱਛਾ ਜੀ। ਉਹਨਾਂ ਨੇ ਨਾਲ ਫਰਦਰ 3 ਪੇਮੈਂਟਾਂ ਉਹਨਾਂ ਨੇ ਹੁਣ ਕਰਨੀਆਂ ਸ਼ੁਰੂ ਕਰਤੀਆਂ ਨੇ ਜੀ, ਤੇ ਉਹ ਫਰਦਰ ਜਿਹੜੀਆਂ 3 ਪੇਮੈਂਟਾਂ ਕਰਨਗੇ ਉਸ ਤੋਂ ਬਾਅਦ ਤੁਸੀਂ ਰੀਫੰਡ ਕਰਾ ਸਕਦੇ ਹੋ ਜੀ। ਜੇ ਸਾਨੂੰ ਜਿੰਨੀਆਂ ਵੀ ਕਾਲਾਂ ਆਉਂਦੀਆਂ ਨੇ ਸਾਨੂੰ ਅਸੀਂ ਕੋਈ ਡਿਫਰਮੈਂਟ ਤੇ ਆ ਕੋਈ ਜਿਹੜਾ ਪੇਮੈਂਟ ਨਹੀਂ ਕਰ ਰਿਹਾ, ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਕਿ ਦੇਖੋ ਇਹ ਮੌਕਾ ਬਹੁਤ ਅੱਛਾ, ਰੇਟ ਬਹੁਤ ਲੋ ਨੇ, ਇਹ ਮੌਕਾ ਨਾ ਹੱਥੋਂ ਜਾਣ ਦਿਓ, ਆਪਣੀ 3 ਪੇਮੈਂਟਾਂ ਕਰੋ 3 ਮਹੀਨੇ ਵਾਸਤੇ, ਉਸ ਤੋਂ ਬਾਅਦ ਸਾਡੇ ਕੋਲ ਆ ਜਾਓ ਅਸੀਂ ਤੁਹਾਡਾ ਰੀਫੰਡ ਕਰਾ ਦਾਂਗੇ। ਅਗਰ ਤੁਹਾਡਾ ਰੇਟ 4% ਹੈ ਜਾਂ 4 ਤੋਂ ਹਾਇਰ ਹੈ, ਇਹ ਪਰਫੈਕਟ ਗੋਲਡਨ ਅਪਰਚੁਨਿਟੀ ਹੈ ਕਿ ਇਸ ਤਰ੍ਹਾਂ ਰੀਫੰਡ ਕਰਾਓ, ਆਪਣਾ ਰੇਟ ਕਟਵਾਓ। ਅਸੀਂ ਕਾਫੀ ਲੋਨ ਅਸੀਂ ਪਿਛਲੇ 1 ਸਾਲ 'ਚ ਕਰ ਚੁੱਕੇ ਹਾਂ, ਹੁਣ ਵੀ ਕਰ ਰਹੇ ਹਾਂ, ਸਾਡੇ ਕੋਲ ਬੜੀਆਂ ਰੀਫੰਡ ਕਾਲ ਆਉਂਦੀਆਂ ਨੇ ਕਿ ਵੀ ਸਾਨੂੰ ਅਗਰ ਤੁਸੀਂ ਘਰ 'ਚ ਰਹਿਣਾ 5-7 ਸਾਲ 10 ਸਾਲ ਹੋਰ ਤੇ ਉਹਨੂੰ ਰੀਫਾਈਨੈਂਸ ਕਰਾਓ, ਆਪਣਾ ਰੇਟ ਅੰਡਰ 3% ਲੈ ਕੇ ਆਓ ਜੀ, ਜਿੰਨਾ ਤੇ ਉਹ ਔਰ ਕੋਈ ਤੁਹਾਨੂੰ ਹੈਲਪ ਚਾਹੀਦੀ ਹੈ ਅਗਰ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੁਹਾਨੂੰ ਕਾਲ ਕਰ ਸਕਦੇ ਤੁਸੀਂ ਜੀ। ਤੇ ਇੱਕ ਹਰਮਨ ਜੀ, ਅਸੀਂ ਹੁਣ ਗੱਲ ਕਰੀਏ ਘਰਾਂ ਦੀ ਗੱਲ ਕਰੀਏ, ਤੇ ਘਰਾਂ ਦਾ ਜਿਵੇਂ ਬਹੁਤ ਜ਼ਿਆਦਾ ਰੇਟ ਚੜੇ ਹੋਏ ਨੇ ਬਹੁਤ ਜ਼ਿਆਦਾ, ਤੇ ਸਿਆਣੇ ਕਹਿੰਦੇ ਵੀ ਜਦੋਂ ਬਹੁਤ ਜ਼ਿਆਦਾ ਕੋਈ ਰੇਡੀਏਟਰ ਵੀ ਆਪਣੀ ਕਾਰ ਦਾ ਗਰਮ ਹੋ ਜਾਂਦੀ, ਕਾਰ ਜ਼ਿਆਦਾ ਭਜਾਉਂਦੇ ਹਾਂ ਤਾਂ ਮੁੜ ਕੇ ਉਹਨੂੰ ਫਿਰ ਪਾਣੀ ਪਾ ਕੇ ਠੰਡਾ ਕਰਨਾ ਪੈਂਦਾ, ਇਹ ਜਿਹੜੀ ਘਰਾਂ ਦੀ ਗਰਮੀ ਆ ਤੇ ਇਹ ਕਿਵੇਂ ਠੰਡੀ ਹੋਏਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ? ਕੀ ਲੱਗਦਾ ਤੁਹਾਨੂੰ ਭਵਿੱਖ ਘਰਾਂ ਦੇ ਜਿਹੜੀ ਇਨਵੈਂਟਰੀ ਘਟੀ ਹੋਈ ਆ, ਅਵੇਲੇਬਿਲਟੀ ਘਟੀ ਹੋਈ ਘਰਾਂ ਦੀ, ਤੇ ਆਉਣ ਵਾਲੇ ਸਮੇਂ 'ਚ ਕੀ ਲੱਗਦਾ? ਦੇਖੋ ਜਿਵੇਂ ਕਿ ਅਸੀਂ ਆਪਣੀ ਕਮਿਊਨਿਟੀ ਦਾ ਗੱਲ ਕਰਦੇ ਹਾਂ, ਅਸੀਂ ਆਪਣੀ ਕਮਿਊਨਿਟੀ ਨਾਲ ਬਿਜ਼ਨਸ ਕਰਦੇ ਹਾਂ, ਸਾਡਾ ਕਮਿਊਨਿਟੀ ਜਿਹੜੇ ਏਰੀਆਜ਼ ਹੈਗੇ ਨੇ ਉਹ ਬੜੇ ਡੋਮੀਨੈਂਟ ਚ ਉੱਥੇ ਅਸੀਂ ਕੰਮ ਕਰਦੇ ਹਾਂ ਜੀ। ਤੇ ਜਦੋਂ 2008 ਚ ਕ੍ਰੈਸ਼ ਆਇਆ ਸੀ ਤਾਂ ਉਸ ਵੇਲੇ ਵੀ ਸਾਡੀ ਜਿੱਥੇ ਸਾਡੇ ਕਮਿਊਨਿਟੀ ਏਰੀਆ ਸੀਗੇ, ਰਿਚਮੰਡ ਹੋ ਗਿਆ, ਲੌਂਗ ਐਂਡ ਐਕਸਪਲ ਹੋ ਗਿਆ, ਉਹਨਾਂ ਏਰੀਆ ਦੇ ਵਿੱਚ ਪ੍ਰਾਈਸਿਸ ਜਿਹੜੀਆਂ ਸੀ ਇੰਨੀਆਂ ਜ਼ਿਆਦਾ ਕ੍ਰੈਸ਼ ਨਹੀਂ ਹੋਈਆਂ ਸੀ ਕੰਪੇਅਰ ਟੂ ਰੈਸਟ ਆਫ ਦਾ ਕੰਟਰੀ। ਅੱਛਾ ਜੀ। ਜਿਵੇਂ ਫਲੋਰਿਡਾ ਕੈਲੀਫੋਰਨੀਆ ਵਿੱਚ 30-40% ਡਰੋਪ ਹੋਏ ਸੀਗੇ, ਸਾਡੇ ਰਿਚਮੰਡ ਦੇ ਵਿੱਚ ਉਹਨਾਂ ਦਿਨਾਂ 10% ਡਰੋਪ ਹੋਇਆ ਸੀ। ਔਰ ਸਾਡਾ ਜੋ ਟ੍ਰੈਂਡ ਆ ਉਹ ਸਾਡੀ ਕਮਿਊਨਿਟੀ ਦੀ ਹੁੰਦੀ ਖਾਸੀਅਤ ਹੁੰਦੀ ਹੈ ਕਿਉਂਕਿ ਵੀ ਇਹ ਅਸੀਂ ਓਨਾ ਕੀ ਪੈਰ ਪਸਾਰਦੇ ਜਿੰਨੀ ਸਾਨੂੰ ਚੰਦਰ ਸਾਡੀ ਅਲਾਓ ਕਰਦੀ ਹੈ ਜੀ, ਤੇ ਉਸ ਚੱਕਰ ਉਸ ਕਰਕੇ ਸਾਡੀਆਂ ਜੇ ਅਸੀਂ ਓਵਰ ਐਕਸਟੈਂਡ ਨਹੀਂ ਕਰਦੇ। ਹੁਣ ਜਿਵੇਂ ਅਸੀਂ ਘਰ ਲੈ ਰਹੇ ਹਾਂ, ਅੱਜ ਅਸੀਂ ਡਾਊਨ ਪੇਮੈਂਟ ਦੇ ਰਹੇ ਹਾਂ, ਸਾਡੇ ਕਮਿਊਨਿਟੀ ਵਿੱਚ ਕਾਮਨ ਡਾਊਨ ਪੇਮੈਂਟ ਹੁੰਦੀ ਹੈ 20%-25% ਡਾਊਨ ਪੇਮੈਂਟ ਜੀ, ਘਰ ਲੈ ਰਹੇ ਹਾਂ ਮਹਿੰਗੇ ਲੈ ਰਹੇ ਹਾਂ ਕਿਉਂਕਿ ਇੱਕ ਸਿਚੁਏਸ਼ਨ ਬਣੀ ਹੋਈ ਹੈ, ਮਲਟੀਪਲ ਸਿਚੁਏਸ਼ਨ ਬਣ ਗਈਆਂ, ਇੱਥੇ ਕੋਵਿਡ ਕਰਕੇ ਬਣ ਗਿਆ ਕਿ ਅਸੀਂ ਮੂਵ ਆਉਣਾ ਕਰਾਉਣ ਜਾਣਾ ਜੀ। ਸੈਕੰਡਲੀ ਹੁੰਦਾ ਕਿ ਜਦੋਂ ਟ੍ਰਾਂਜੈਕਸ਼ਨ ਸ਼ੁਰੂ ਹੁੰਦਾ ਹੈ, ਅੱਧੀ ਫੈਮਿਲੀ ਮੂਵ ਕਰ ਗਏ, ਰਿਸ਼ਤੇਦਾਰ ਮੂਵ ਕਰ ਗਏ, ਦੋਸਤ ਯਾਰ ਮੂਵ ਕਰ ਗਏ, ਤੇ ਅਸੀਂ ਵੀ ਮੂਵ ਕਰਨਾ, ਤੇ ਉਸ ਮੂਵਮੈਂਟ ਜਿਹੜੀ ਚੱਲਦੀ ਪਈ ਅੱਜ ਕੱਲ੍ਹ ਕਿਉਂਕਿ ਸਾਡੇ ਅੱਧੀ ਫੈਮਿਲੀ ਰਿਸ਼ਤੇਦਾਰ ਮੂਵ ਕਰ ਗਏ ਨੇ, ਰਿਚਮੰਡ ਤੋਂ ਲੌਂਗਨ ਚਲੇ ਗਏ ਤੇ ਅਸੀਂ ਵੀ ਜਾਣਾ, ਬੱਚੇ ਇੱਕ ਦੂਜੇ ਬੱਚਿਆਂ ਨੂੰ ਦੇਖਦੇ ਨੇ ਉਹ ਮੂਵ ਕਰ ਰਹੇ ਨੇ, ਅਸੀਂ ਵੀ ਮੂਵ ਹੋਣਾ ਜੀ। ਉਹ ਵੇਖੋ ਵੇਖੀ ਟ੍ਰਾਂਜੈਕਸ਼ਨ ਜਿਹੜਾ ਕਿ ਅਸੀਂ ਕਮਿਊਨਿਟੀ ਇਕੱਠਾ ਰਹਿਣਾ ਚਾਹੁੰਦੇ ਹਾਂ, ਗੜ ਬਣ ਕੇ ਰਹਿਣਾ ਚਾਹੁੰਦੇ,
ਹੁਣ ਸਾਰੀ ਤਰੀਕ ਨੂੰ ਜਿਹੜੇ ਬਾਇਰ ਹੈਗੇ ਨੇ ਕਾਰ ਨਹੀਂ ਲੈ ਲੈਣਗੇ, ਉਹ ਮਾਰਕੀਟ ਸਲੋ ਨਹੀਂ ਹੋਣੀ, ਕਿ ਜਿੰਨੇ ਮਾਇੰਡ ਇੱਕ ਵਾਰੀ ਮੇਕਅਪ ਕਰ ਲਿਆ ਕਰ ਲੈਣਾ ਹੈ, ਉਹ ਮਾਇੰਡ ਕਦੀ ਰਿਵਰਸ ਨਹੀਂ ਹੋਇਆ। ਅੱਜ ਤੱਕ ਅਸੀਂ ਵੇਖਿਆ ਕਿ ਜਦੋਂ ਚਾਰ ਘਰ ਵੇਖਾ ਜਾ ਕੇ ਫੈਮਿਲੀ ਇਕੱਠੀ ਵੇਖਣ ਗਈ, ਬੱਚੇ ਗਏ, ਮਿਸਿਸ ਵਾਈਫ ਗਏ ਨਾਲ, ਉਹਨਾਂ ਨੇ ਦੇਖਿਆ ਵੀ ਅਸੀਂ ਘਰ ਵੇਖਣਾ ਸ਼ੁਰੂ ਕੀਤਾ, ਘਰ ਸਾਨੂੰ ਪਸੰਦ ਆ ਗਿਆ ਜਾਂ ਨਹੀਂ ਆਇਆ, ਕੰਟੀਨਿਊ ਵੇਖਦੇ ਰਹੋ, ਉਹਨਾਂ ਨੇ ਉਹ ਘਰ ਜਦ ਤੱਕ ਲੈਣਾ ਨਹੀਂ, ਉਹਨਾਂ ਨੇ ਆਪਣੀ ਉਹਨਾਂ ਨੇ ਬ੍ਰੇਕ ਨਹੀਂ ਲਾਣੀ। ਬਿਲਕੁਲ, ਇਸ ਕਰਕੇ ਸਾਡਾ ਜੋ ਡੇਟਾ ਆਫਿਸ ਹੈਗਾ ਵੇ ਕਿ ਇੰਨੀਆਂ ਪ੍ਰੀਪਰੂਵਲ ਅਸੀਂ ਇਸ਼ੂ ਕਰ ਰਹੇ ਹਾਂ, ਤੇ ਇਹ ਸਾਰਿਆਂ ਨੇ ਕਰ ਲੈਣੇ ਨੇ, ਔਰ ਉਹਦੇ ਕਰਕੇ ਸਾਡੀ ਕਮਿਊਨਿਟੀ ਦਾ ਜੋ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਤੱਕ ਹੋਰ ਸਾਲ ਦੋ ਸਾਲ ਤੱਕ ਮਾਰਕੀਟ ਸਲੋ ਨਹੀਂ ਹੋਣੀ, ਮਾਰਕੀਟ ਸਲੋ ਰੁਕ ਜਾਏਗੀ ਸ਼ਾਇਦ ਹੋਰ ਸਾਲ ਦੋ ਸਾਲ ਤੱਕ, ਮਗਰ ਡਰਾਪ ਹੋਣ ਦੇ ਚਾਂਸਿਸ ਘੱਟ ਨੇ, ਕਿਉਂਕਿ ਇਸ ਸਮੇਂ ਡਾਊਨ ਪੇਮੈਂਟ ਬਹੁਤ ਜ਼ਿਆਦਾ ਦਿੱਤੀਆਂ ਜਾ ਰਹੀਆਂ ਨੇ, 20%, 25%, 30% ਡਾਊਨ ਦਿੱਤੇ ਜਾ ਰਹੇ ਨੇ, ਤੇ ਉਸ ਕਰਕੇ ਲੋਕ ਪੈਸੇ ਦੇ ਰਹੇ ਨੇ, ਉਹ ਮਾਰਕੀਟ ਸੋ ਫਾਰ ਮਾਰਕੀਟ ਲੁਕਸ ਹੈਲਥੀ। ਯੈਸ, ਤੁਹਾਡਾ ਕੁਐਸਚਨ ਠੀਕ ਹੈ ਕਿ ਰੇਟ ਬਹੁਤ ਜ਼ਿਆਦਾ ਗਰਮ ਹੁੰਦਾ ਫੜ ਜਾਂਦਾ, ਉਹ ਪਾਸੀਬਿਲਿਟੀ ਹੈ ਕਿ ਮਾਰਕੀਟ ਸਲੋ ਹੋ ਸਕਦੀ ਹੈ, ਪ੍ਰਾਈਸਿਸ ਡਰਾਪ ਹੋਣ ਦੇ ਚਾਂਸਿਸ ਥੋੜ੍ਹੇ ਜਿਹੇ ਘੱਟ ਲੱਗਦੇ ਨੇ ਸਾਲ ਦੋ ਸਾਲ ਜੇ ਤਿੰਨ ਸਾਲ ਨੀਅਰ ਫਿਊਚਰ ਮਾਰਕੀਟ 'ਚ ਨਹੀਂ, ਜੇ ਮਤਲਬ ਇੰਟਰਸਟ ਵੱਧ ਜਾਂਦਾ ਜੀ ਫਿਰ ਚਾਂਸ ਹੈਗੇ, ਫਿਰ ਮਾਰਕੀਟ ਸਲੋ ਹੋ ਜਾਏਗੀ, ਸਲੋ ਹੋ ਜਾਏਗੀ, ਰੇਟ ਨਹੀਂ ਕੱਟਣਗੇ, ਮਗਰ ਜਿਹਨਾਂ ਨੇ ਮਾਇੰਡ ਮੇਕਅਪ ਕੀਤਾ ਹੈ, ਹੁਣ ਅੱਜ ਤੋਂ ਅਸੀਂ ਸਾਲ ਡੇਢ ਸਾਲ ਦੋ ਸਾਲ ਪਹਿਲੇ ਕਦੀ ਵੀ ਇੰਟਰਸਟ ਅਸੀਂ 3% ਨਹੀਂ ਵੇਖਿਆ ਪਿਛਲੇ 30 ਸਾਲ ਦੇ ਵਿੱਚ, ਜੀ ਬਿਲਕੁਲ, ਤੇ ਇਹ ਇੰਟਰਸਟ ਜਿਹੜੇ ਹੁਣ ਆਏ ਨੇ, ਹੁਣ ਦੁਬਾਰਾ ਜਦੋਂ 4-4 ਹੋ ਜਾਣ, ਜੋ ਐਵਰੇਜ ਰੇਟ ਰਹਿੰਦੇ ਨੇ, ਉਸ ਸਮੇਂ ਵੀ ਮਾਰਕੀਟ ਤੇਜ਼ ਸੀਗੀ, ਉਸ ਸਮੇਂ ਲੋਕ ਘੱਟ ਲੈਂਦੇ ਸੀ, ਇੰਨੇ ਵੀ ਲੈਂਦੇ ਸੀ, ਘੱਟ ਲੈਂਦੇ ਸੀ, ਮਗਰ ਮਾਰਕੀਟ ਤਾਂ ਵੀ ਸੀ, ਘੱਟ ਤਾਂ ਵੀ ਵੇਖਦੇ ਸੀਗੇ, ਮਾਈਂਡਸੈਟ ਹੋ ਜਾਂਦਾ ਹੈ ਜਦੋਂ ਤੁਸੀਂ ਰੋਜ਼ ਸੁਣਦੇ ਹੋ 4%, 4%, 4%, ਉਹ ਫਿਰ ਲੋਕ 4% ਕਰ ਲੈਣਾ ਸ਼ੁਰੂ ਕਰਦੇ, ਉੱਥੇ ਪੱਕ ਜਾਂਦੇ ਆ। ਅਤੇ ਹਰਮਨ ਜੀ, ਇੱਕ ਜ਼ਰੂਰ ਸਾਡੇ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਸਵਾਲ ਹੋਏਗਾ ਵੀ ਜਿਵੇਂ ਤੁਸੀਂ ਘਰਾਂ ਦੀ ਆਪਾਂ ਸਿਰਫ ਗੱਲ ਕਰ ਰਹੇ ਹਾਂ, ਅਤੇ ਜੇ ਕਿਸੇ ਨੇ ਕੋਈ ਬਿਜ਼ਨਸ ਲੈਣਾ, ਰੈਸਟੋਰੈਂਟ ਲੈਣਾ, ਗੈਸ ਸਟੇਸ਼ਨ ਲੈਣਾ ਜਾਂ ਲੀਕੁਅਰ ਸਟੋਰ ਲੈਣਾ, ਤਾਂ ਉਹ ਵੀ ਤੁਸੀਂ ਹੈਗਾ ਤੁਹਾਡੀ ਕੰਪਨੀ ਕਰਦੀ ਆ ਲੋਨ ਵੀ, ਅਤੇ ਨਾਲ ਦੀ ਨਾਲ ਵੇਚਣ ਖਰੀਦਣ ਦਾ ਕੰਮ ਜਾਂ ਨਹੀਂ? ਨਹੀਂ ਜੀ, ਬਿਜ਼ਨਸ ਸੇਲ ਪਰਚੇਜ਼ ਦਾ ਕੰਮ ਨਹੀਂ ਅਸੀਂ ਕਰਦੇ, ਅਸੀਂ ਬਹੁਤ ਛੋਟੇ ਲੈਵਲ 'ਤੇ ਕਰਦੇ ਹਾਂ, ਸਾਡੇ ਏਰੀਆ 'ਚ ਕੋਈ ਕਰਦਾ ਹੈਗਾ ਬਿਜ਼ਨਸ, ਸਾਡੇ ਕੋਲ ਇੱਕ ਏਜੰਟ ਹੈਗਾ ਜੋ ਕਰਦਾ, ਸਾਡੀ ਸਪੈਸ਼ਲਟੀ ਨਹੀਂ ਹੈ ਬਿਜ਼ਨਸ ਸੇਲ ਪਰਚੇਜ਼ ਦੀ, ਅਤੇ ਬਟ ਯੂ ਨੋ ਨੀਅਰ ਫਿਊਚਰ 'ਚ ਸ਼ਾਇਦ ਅਸੀਂ ਐਡ ਕਰਾਂਗੇ, ਮਗਰ ਨਾਟ ਰਾਈਟ ਨਾਓ। ਅਤੇ ਸੈਕਿੰਡ ਕੁਐਸਚਨ ਹੈਗਾ ਜੀ ਕਿ ਤੁਸੀਂ ਕਿਸ ਕਿਸ ਏਰੀਏ ਤੱਕ ਜਿਹੜਾ ਹੈਗਾ ਫਾਈਨੈਂਸ ਦੀ ਗੱਲ ਕਰ ਲਈਏ, ਰੀਫਾਈਨੈਂਸ ਦੀ ਗੱਲ ਕਰ ਲਈਏ, ਜਾਂ ਘਰ ਵੇਚਣ ਖਰੀਦਣ ਦੀ ਗੱਲ ਕਰ ਲਈਏ, ਅਤੇ ਕਿਸ ਕਿਸ ਏਰੀਏ ਤੱਕ ਲੋਕ ਤੁਹਾਨੂੰ ਸੰਪਰਕ ਕਰ ਸਕਦੇ? ਦੇਖੋ, ਮੋਰਗੇਜ ਵਾਸਤੇ ਅਸੀਂ ਪੂਰੀ ਨਿਊਯਾਰਕ ਸਟੇਟ ਕਵਰ ਕਰਦੇ ਹਾਂ। ਅੱਛਾ ਜੀ, ਨਿਊਜਰਸੀ ਜਿਵੇਂ ਅਸੀਂ ਪਹਿਲੇ ਮੈਂਸ਼ਨ ਕੀਤਾ, ਜੇ ਅਸੀਂ ਲਾਇਸੈਂਸ ਅਪਲਾਈ ਕੀਤਾ, ਕਿਉਂਕਿ ਕੋਵਿਡ ਕਰਕੇ ਪ੍ਰੋਸੈਸ ਬਹੁਤ ਸਲੋ ਚੱਲ ਰਿਹਾ, ਸਾਨੂੰ ਉਮੀਦ ਹੈ ਅਗਲੇ ਮਹੀਨੇ ਸਾਰਾ ਜਰਸੀ ਦਾ ਲਾਇਸੈਂਸ ਆ ਜਾਏਗਾ, ਸ਼ਾਇਦ ਸਪਟੈਂਬਰ ਜਾਂ ਅਕਤੂਬਰ ਤੱਕ, ਅਤੇ ਅਸੀਂ ਜਰਸੀ ਵੀ ਕਰਾਂਗੇ, ਅਤੇ ਕਨੈਡੀਕਟ, ਅਸੀਂ ਇਸ ਸਟੇਟਾਂ ਦੇ ਮੋਰਗੇਜ ਦਾ ਕੰਮ ਕਰਦੇ ਹਾਂ ਜੀ, ਜੋ ਅਸੀਂ ਰੀਅਲ ਸਟੇਟ ਕਰਦੇ ਹਾਂ, ਜੋ ਸਾਡੀ ਰੀਅਲ ਸਟੇਟ, ਅਸੀਂ ਕਿੰਨੇ ਸਾਲ ਤੋਂ, ਮੈਂ 35 ਸਾਲ ਤੋਂ ਕਰ ਰਿਹਾ, ਅਤੇ ਰੀਅਲ ਸਟੇਟ ਦੇ ਵਿੱਚ ਜੋ ਸਾਡੀ ਡਿਮਾਂਡ, ਜੋ ਸਾਡੀ ਪਾਵਰ ਹੈ, ਉਹ ਸਾਡੀ ਪਾਵਰ ਹੈਗੀ ਸਾਡੇ ਕੁਈਨ, ਬਰੁਕਲਿਨ, ਨਾਸਾ ਕਾਉਂਟੀ ਅਤੇ ਸਫਾ ਕਾਉਂਟੀ ਥੋੜ੍ਹਾ ਹਿੱਸਾ ਕਵਰ ਕਰਦੇ ਹਾਂ, ਅਸੀਂ ਜ਼ਿਆਦਾ ਦੂਰ ਨਹੀਂ ਜਾਂਦੇ ਕਿਉਂਕਿ ਜਿੱਥੇ ਅਸੀਂ ਸਰਵਿਸ ਨਾ ਕਰ ਸਕੀਏ ਜੀ, ਅਤੇ ਮਗਰ ਜਿਹੜੇ ਸਾਡੇ ਆਪਣੇ ਡੈਂਸਲੀ ਆਪਣੇ ਕਮਿਊਨਿਟੀ ਦੇ ਏਰੀਆ ਹੈਗੇ ਨੇ, ਅਸੀਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਕਵਰ ਕਰਦੇ ਹਾਂ, ਅਸੀਂ ਰਿਐਲਟੀ ਹਮੇਸ਼ਾ ਕਰਦੇ ਸੀਗੇ, ਮਗਰ ਸਾਡਾ ਮੋਰਗੇਜ ਵੱਲ, ਸਾਡਾ ਬਿਗ, ਸਾਡਾ ਫਲੈਗਸ਼ਿਪ ਬਿਜ਼ਨਸ ਹੈਗਾ ਵੇ ਜੀ, ਮਗਰ ਅਸੀਂ ਹੁਣ ਸਾਨੂੰ ਇੰਨੀ ਡਿਮਾਂਡ ਆਈ ਹੈ ਪਿਛਲੇ 1 ਸਾਲ ਦੇ ਵਿੱਚ ਸਾਨੂੰ ਆਪਣੇ ਕਮਿਊਨਿਟੀ ਤੋਂ ਕਿ ਵੀ ਤੁਸੀਂ ਅਸੀਂ ਕਰ ਲੈਣਾ ਹੁੰਦਾ ਹੈ, ਅਤੇ ਅਸੀਂ ਅਸੀਂ ਘਰ ਕਰਦੇ ਹਾਂ, ਮਗਰ ਸਾਡੇ ਕੋਲ ਕਰਦਾ ਸੀ ਬਹੁਤ ਵੱਡਾ ਐਕਸਪੋਜ਼ਰ ਨਹੀਂ ਸੀਗਾ, ਮਗਰ ਅਸੀਂ ਉਹਨੂੰ ਮਾਇੰਡ ਸੈੱਟ ਨੂੰ ਅਸੀਂ ਚੇਂਜ ਕਰਤਾ ਪਿਛਲੇ 5-6 ਮਹੀਨੇ ਤੋਂ, ਅਸੀਂ ਰੀਅਲ ਇਸਟੇਟ ਹੁਣ ਫੁੱਲ ਸਕੇਲ ਕਰਦੇ ਹਾਂ, ਅਸੀਂ ਹੋਰ ਵੀ ਏਜੰਟ ਹਾਇਰ ਕੀਤੇ ਨੇ, ਅਤੇ ਅਸੀਂ ਕਿਸੇ ਨੇ ਆਪਣਾ ਘਰ ਵੇਚਣਾ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਗਰ ਘਰ ਲੈਣਾ ਕਾਲ ਕਰ ਸਕਦੇ ਹੋ, ਅਤੇ ਇਸ ਰੀਅਲ ਇਸਟੇਟ ਜਿਹੜਾ ਵੀ ਸਾਡਾ ਡਿਵੀਜ਼ਨ ਜਿਹੜਾ, ਤੁਸੀਂ ਸਾਡੀ ਐਡ ਦੇਖੋਗੇ, ਅਸੀਂ ਜਲਦੀ ਸ਼ੁਰੂ ਕਰ ਰਹੇ ਹਾਂ ਕਿ ਅਸੀਂ ਫੁੱਲ ਫਲੈਟ ਸਾਰੇ ਏਜੰਟ ਅਸੀਂ ਇੰਟਰਡਿਊਸ ਕਰਾਂਗੇ ਕਿ ਜਿਹੜੇ ਏਜੰਟ ਸਾਡੇ ਨਾਲ ਕੰਮ ਕਰ ਰਹੇ ਨੇ, ਜਿਹੜੇ ਏਜੰਟ ਸਾਨੂੰ ਹੋਰ ਫਰਦਰ ਕਿਸੇ ਨੇ ਜੁਆਇਨ ਕਰਨਾ ਹੋਵੇ ਫੁੱਲ ਟਾਈਮ ਸਾਡੇ ਨਾਲ, ਸਾਨੂੰ ਕਾਲ ਕਰ ਸਕਦੇ ਨੇ, ਸਾਨੂੰ ਮੀਟਿੰਗ ਕਰ ਸਕਦੇ ਨੇ, ਅਸੀਂ ਬੈਠ ਕੇ ਅਸੀਂ ਉਹਨਾਂ ਦਾ ਵਰਕਆਊਟ ਕਰ ਸਕਦੇ ਹਾਂ, ਅਤੇ ਬਟ ਵੀ ਆਰ ਸਟਾਰਟਿੰਗ ਰੀਅਲ ਇਸਟੇਟ ਫੁੱਲ ਫਲੈਟ, ਮਤਲਬ ਨਾਟ ਵੀ ਸਟਾਰਟਿੰਗ, ਰੀਇੰਟਰੋਡਕਸ਼ਨ ਕਰਾ ਰਹੇ ਹਾਂ ਦੁਬਾਰਾ ਕਮਿਊਨਿਟੀ ਦੇ ਵਿੱਚ, ਕਿਉਂਕਿ ਮੇਰਾ ਸ਼ੁਰੂ ਤੋਂ ਟਾਈਮ ਸੀਗਾ 1989-88 ਤੋਂ ਕਿ ਮੈਂ ਰੀਅਲ ਇਸਟੇਟ ਕਰਦਾ ਹਾਂ ਜੀ, ਅਤੇ ਫਿਰ ਮੈਂ 1995 ਵਿੱਚ ਮੋਰਗੇਜ ਕੀਤਾ, ਅਤੇ ਮਗਰ ਨਾਲ ਰੀਅਲ ਇਸਟੇਟ ਚੱਲਦਾ ਰਿਹਾ ਜੀ, ਪਰ ਨਾਓ ਵੀ ਆਰ ਰੀਇੰਟਰੋਡਿਊਸਿੰਗ ਰੀਅਲ ਇਸਟੇਟ ਫੁੱਲ ਸਕੇਲ ਦੇ ਉੱਤੇ, ਜਿਹਨੇ ਸਾਡੇ ਏਜੰਟ ਸਾਨੂੰ ਦੁਬਾਰਾ ਅਸੀਂ ਕਰਾਵਾਂਗੇ ਇੰਟਰੋਡਕਸ਼ਨ ਦੇ ਵੀ 1x1 ਕਰਕੇ, ਅਤੇ ਕਿਸੇ ਤੁਸੀਂ ਅਗਰ ਕਿਸੇ ਨੇ ਕਰ ਲੈਣਾ ਹੈ, ਕੋਈ ਵੀ ਐਡਵਾਈਸ ਚਾਹੀਦੀ ਹੈ ਸਾਨੂੰ ਫੀਲ ਫਰੀ ਟੂ ਕਾਲ ਜੀ। ਅਤੇ ਅਖੀਰ ਦੇ ਵਿੱਚ ਇਹ ਮੈਂ ਜਾਣਨਾ ਚਾਹੂੰਗਾ ਕਿ ਜੇ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੋਵੇ ਏਜੰਟ ਦੇ ਤੌਰ 'ਤੇ ਜਾਂ ਕਿਸੇ ਤਰੀਕੇ ਨਾਲ, ਤਾਂ ਤੁਹਾਨੂੰ ਇਸੇ ਨੰਬਰ 'ਤੇ ਕਾਲ ਕਰ ਲਵੇ? ਹਾਂਜੀ, ਇਸੇ ਨੰਬਰ 'ਤੇ ਕਾਲ ਕਰਕੇ ਸਾਨੂੰ, ਮੈਨੂੰ ਕਾਲ ਕਰੋ, ਮੇਰੇ ਆਫਿਸ 'ਚ ਕਿਸੇ ਨਾਲ ਵੀ ਗੱਲ ਕਰਕੇ ਅਪੋਇੰਟਮੈਂਟ ਸੈੱਟ ਕਰ ਲੈਣ, ਟਾਈਮ ਸੈੱਟ ਕਰ ਲੈਣ, ਮੈਨੂੰ ਮਿਲਣਾ, ਅਤੇ ਅਦਰਵਾਈਜ਼ ਹੋਰ ਵੀ ਸਾਡੇ ਆਫਿਸ 'ਚ ਕਿਸੇ ਨੂੰ ਮਿਲ ਸਕਦੇ, ਜਿਹਨੇ ਸਾਡੇ ਰਿਕਰੂਟਿੰਗ ਹੈਗੇ ਨਾ ਏਜੰਟ ਸਾਡੇ ਆ ਗਿਆ ਇੰਪਲੋਈ, ਉਹ ਕਰ ਲੈਂਦੇ ਨੇ, ਮਗਰ ਤੁਸੀਂ ਅਗਰ ਮੈਨੂੰ ਮਿਲਣਾ
ਸਤਿ ਸ਼੍ਰੀ ਅਕਾਲ ਜੀ। ਸਾਡੇ ਦਰਸ਼ਕ ਜਿਹੜੇ ਘਰਾਂ ਵਿੱਚ ਬੈਠੇ ਆ ਜੀ, ਉਹ ਗੱਲਬਾਤ ਸੁਣ ਰਹੇ ਸੀਗੇ, ਜਾਣਕਾਰੀ ਲੈ ਰਹੇ ਸੀਗੇ। ਓਮਨੀ ਮੋਰਗੇਜ ਰੀਅਲ ਸਟੇਟ ਜਿਹੜੀ ਆ, ਨਾਲ ਦੀ ਨਾਲ ਇਹਨਾਂ ਦੀ ਮੋਰਗੇਜ ਦਾ ਕੰਮ ਹੈਗਾ ਬੜੇ ਲੰਬੇ ਸਮੇਂ ਤੋਂ, 35 ਸਾਲ ਤੋਂ ਜਿਵੇਂ ਇਹਨਾਂ ਦੱਸਿਆ, ਅਤੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਸਰਵਿਸ ਤੁਹਾਨੂੰ ਚਾਹੀਦੀ ਆ ਜਾਂ ਸਲਾਹ ਚਾਹੀਦੀ ਆ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਕਾਲ ਕਰਕੇ ਇਹਨਾਂ ਕੋਲੋਂ ਸਲਾਹ ਜ਼ਰੂਰ ਲੈ ਲਓ ਜਦੋਂ ਵੀ ਘਰ ਖਰੀਦਣਾ ਜਾਂ ਵੇਚਣਾ, ਅਤੇ ਸਲਾਹ ਜ਼ਰੂਰ ਲੈ ਲਓ। ਬਾਕੀ ਖਰੀਦਣਾ ਵੇਚਣਾ ਜਿੱਥੇ ਹੈਗਾ ਉਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਆ। ਮੈਨੂੰ ਆ ਗਿਆ ਤੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।